ਜੀ ਹਿਸਟਰੀ ਆਫ ਦਾ ਪੰਜਾਬ ਦੇ ਦੂਜੇ ਪ੍ਰੋਗਰਾਮ ਵਿੱਚ ਉਸਨੂੰ ਅਸੀਂ ਸ਼ੁਰੂ ਕਰਨ ਲੱਗੇ ਹਾਂ ਅਤੇ ਅਸੀਂ ਹੜੱਪਨ ਜਿਹੜੀ ਸਿਵਿਲਾਈਜੇਸ਼ਨ ਹੈ ਉਹਦੇ 'ਤੇ ਗੱਲ ਕੀਤੀ ਸੀ ਪਿਛਲੇ ਵਾਰ 'ਚ, ਲੇਕਿਨ ਕੁਝ ਬੁਨਿਆਦੀ ਚੀਜ਼ਾਂ ਨੇ ਜੇ ਹਾਲੇ ਵੀ ਰਹਿੰਦੀਆਂ ਨੇ ਉਹ ਅੱਜ ਪਹਿਲੇ ਉਹਨਾਂ 'ਤੇ ਗੱਲ ਕਰ ਲਈਏ, ਫਿਰ ਇਸ ਤੋਂ ਬਾਅਦ ਅਸੀਂ ਅੱਗੇ ਚੱਲਾਂਗੇ। ਔਰ ਬਹੁਤ ਸਾਰੀ ਬੁਨਿਆਦੀ ਜਿਹੜੀ ਹੜੱਪਨ ਸਿਵਿਲਾਈਜੇਸ਼ਨ ਤੋਂ ਮੁਤਲਕ ਨੇ, ਉਸ ਤੋਂ ਪਹਿਲਾਂ ਮੇਰਾ ਖਿਆਲ ਹੈ ਕਿ ਸਾਨੂੰ ਸਰ ਪਹਿਲੇ ਪ੍ਰੋਗਰਾਮ 'ਚ ਗੱਲ ਕਰਨੀ ਚਾਹੀਦੀ, ਲੇਕਿਨ ਇਹਦੇ 'ਚ ਵੀ ਕਰ ਲੈਂਦੇ ਹਾਂ ਕਿ ਤਾਰੀਖ ਪੜ੍ਹਨੀ ਆ ਅਸੀਂ ਜੋ ਗੱਲ ਕਰ ਰਹੇ ਹਾਂ ਇੱਕ ਜ਼ਰੂਰੀ ਕਿਉਂ ਹੈ ਪਹਿਲੇ ਤਾਂ ਇਹ ਬੁਨਿਆਦੀ ਮਸਲਾ ਹੱਲ ਕਰ ਲਈਏ ਨਾ। ਹਾਂ, ਮੇਰਾ ਖਿਆਲ ਇਹ ਹੈਗਾ ਕਿ ਜਿਹੜੀ ਤਾਰੀਖ ਹੈ ਨਾ ਉਹ ਪੜ੍ਹਨੀ ਇਸ ਲਈ ਜ਼ਰੂਰੀ ਹੈ ਕਿ ਜਿਵੇਂ ਤੁਸੀਂ ਇੱਕ ਪਹਿਲੀ ਗੱਲ ਤਾਂ ਹੈ ਕਿ ਤੁਹਾਡੀ ਪਛਾਣ ਕੀ ਹੈ, ਤੁਹਾਡੀ ਆਪਣੀ ਪਛਾਣ ਕੀ ਹੈ, ਤੁਸੀਂ ਕੇਸ ਤੁਹਾਡਾ ਮੁੱਢ ਕੀ ਸੀ, ਤੁਸੀਂ ਹੁਣ ਤੱਕ ਕਿੱਥੇ ਆਏ ਹੋ, ਇਹ ਇਸ ਤੋਂ ਜਿਹੜਾ ਪਤਾ ਲੱਗਦਾ ਕਿ ਤੁਸੀਂ ਅੱਗੇ ਕਿਵੇਂ ਜਾਣਾ। ਇਸ ਵਾਸਤੇ ਮੈਂ ਸਮਝਦਾ ਕਿ ਜਿਹੜਾ ਤਾਰੀਖ ਹੈ, ਕਿਉਂਕਿ ਮਿਸਲ ਸਾਡੇ ਹਾਂ ਜਿਹੜੀ ਨਵੀਂ ਨਸਲ ਹੈ ਉਹ ਸ਼ਾਇਦ ਇਹ ਸਮਝਦੀ ਹੈ ਕਿ ਅਸੀਂ ਕੋਈ ਅਰਬਾਂ 'ਚੋਂ ਜਾਂ ਇਰਾਨੀਆਂ 'ਚੋਂ ਆਏ ਹਾਂ। ਠੀਕ ਇਸੇ ਤਰ੍ਹਾਂ ਹਿੰਦੁਸਤਾਨ ਦੇ ਜਿਹੜੇ ਮੋਦੀ ਦੇ ਫਾਲੋਅਰ ਨੇ ਉਹ ਸਮਝਦੇ ਨੇ ਸ਼ਾਇਦ ਅਸੀਂ ਕੋਈ ਬਹੁਤ ਹੀ ਖਾਸ ਨਸਲ ਦੇ ਲੋਕ ਸਾਂ ਜਿਹੜੇ ਇੱਥੋਂ ਤੱਕ ਪਹੁੰਚੇ ਹਾਂ, ਅਤੇ ਤਾਰੀਖ ਨੂੰ ਪੜ੍ਹਨਾ ਇਸ ਲਈ ਜ਼ਰੂਰੀ ਹੈ ਕਿ ਸਾਨੂੰ ਪਤਾ ਲੱਗੇ ਕਿ ਸਾਡਾ ਸਾਰਿਆਂ ਦੀ ਜਿਹੜਾ ਮੁੱਢ ਸੀ ਉਹ ਸਾਂਝਾ ਸੀ। ਔਰ ਦੂਜੀ ਗੱਲ ਇਹ ਹੈਗੀ ਹੈ ਕਿ ਜਿਹੜੇ ਆਪਣਾ ਮੋਦੀ ਦੇ ਫਾਲੋਅਰ ਹੋਣ ਜਾਂ ਪਾਕਿਸਤਾਨੀ ਹੋਣ ਜਾਂ ਟਰੰਪ ਦੇ ਵੀ ਹੋਣ, ਟਰੰਪ ਦੇ ਨਹੀਂ ਮੈਂ ਜ਼ਰਾ ਹਿੰਦੁਸਤਾਨ ਤੱਕ ਰਹਿ ਗੱਲ ਕਰ ਰਿਹਾ, ਉਹ ਅਗਰ ਸ਼ੀਸ਼ੇ 'ਚ ਸਵੇਰੇ ਦੇਖਣ ਉੱਠ ਕੇ ਆਪਣਾ ਮੂੰਹ ਤਾਂ ਉਹਨਾਂ ਨੂੰ ਪਤਾ ਲੱਗੇ ਕਿ ਸਾਡੀਆਂ ਸ਼ਕਲਾਂ ਬਾਕੀ ਹਿੰਦੁਸਤਾਨ ਦੇ ਬੰਦਿਆਂ ਵਗਰੀਆਂ ਨੇ। ਹਾਂ ਨਹੀਂ, ਮੈਂ ਇਸ ਲਈ ਗੱਲ ਕੀਤੀ ਕਿਉਂਕਿ ਇਹ ਦੌਰ ਹੁਣ ਇਸ ਕਿਸਮ ਦਾ, ਇਹ ਜ਼ਮਾਨਾ ਇਸ ਕਿਸਮ ਦਾ ਚੱਲ ਰਿਹਾ ਇਸ ਟਾਈਮ ਕਿ ਹਰ ਬੰਦਾ ਤਾਰੀਖ ਦਾ ਰੈਫਰੈਂਸ ਦਿੰਦਾ ਲੇਕਿਨ ਗਲਤ ਦਿੰਦਾ। ਹਾਂਜੀ, ਮਤਲਬ ਜੋ ਕੁਝ ਮੋਦੀ ਦਾ ਜ਼ਿਕਰ ਕੀਤਾ ਤਾਂ ਨਹਿਰੂ ਦੇ ਬਾਰੇ ਪਤਾ ਨਹੀਂ ਕੀ ਖਾਸ ਕੈਂਪੇਨ ਸ਼ੁਰੂ ਹੋ ਗਈ ਹੈ ਕਿ ਪਤਾ ਨਹੀਂ ਉਹਨਾਂ ਨੇ ਕੀ ਕਰਤਾ ਸੀ। ਸੋ ਜੋ ਮੁੱਢਲੀ ਗੱਲ ਹੈਗੀ ਉਹ ਵਿੱਚ ਉਹਦੇ 'ਚ, ਹਾਂ ਮਤਲਬ ਇਹ ਹੈ ਕਿ ਸਹੀ ਤਾਰੀਖ ਜਾਣਨਾ ਇਸ ਲਈ ਜ਼ਰੂਰੀ ਹੈ ਕਿ ਤਾਰੀਖ ਨੂੰ ਸਿਆਸਤ ਲਈ, ਅੱਜ ਦੀ ਸਿਆਸਤ ਲਈ ਪਾਰਟੀਆਂ ਔਰ ਲੀਡਰ ਯੂਜ਼ ਕਰਦੇ ਨੇ, ਔਰ ਪਾਕਿਸਤਾਨ 'ਚ ਵੀ ਕਰਦੇ ਨੇ, ਹਿੰਦੁਸਤਾਨ 'ਚ ਵੀ ਕਰਦੇ ਨੇ, ਬਾਕੀ ਦੁਨੀਆਂ 'ਚ ਵੀ ਕਰਦੇ ਨੇ। ਅੱਛਾ, ਲੇਕਿਨ ਇਹਦੇ ਨਾਲ ਨਾਲ ਆਮ ਤੌਰ 'ਤੇ ਜਿਹੜੀ ਤਾਰੀਖ ਲਿਖੀ ਵੀ ਜਾਂਦੀ ਹੈ ਉਹ ਚਾਹੇ ਹੁਣ ਗਲਤ ਬਿਆਨ ਕੀਤੀ ਜਾਏ ਜਾਂ ਸਹੀ ਤੌਰ 'ਤੇ ਲਿਖੀ ਜਾਏ, ਉਹਦੇ 'ਚ ਫੈਕਟਸ ਐਂਡ ਫਿਗਰਸ ਜ਼ਿਆਦਾ ਵਿੱਚ ਰੱਖੇ ਜਾਂਦੇ ਨੇ। ਉਹਦੇ 'ਚ ਜੋ ਅਸੀਂ ਲੈ ਕੇ ਚੱਲੇ ਹਾਂ, ਜੋ ਅਸੀਂ ਗੱਲਾਂ ਕਰਨੀਆਂ ਨੇ, ਇੰਝ ਕਹਿ ਲਓ ਕਿ ਜੀ ਤਾਰੀਖ ਦਾ ਲਿਖਣ ਦਾ ਮਕਸਦ ਕਿ ਪੁਆਇੰਟ ਏ ਤੋਂ ਪੁਆਇੰਟ ਬੀ ਤੱਕ ਜਾ ਰਹੇ ਹਾਂ, ਠੀਕ ਹੈ, ਲੇਕਿਨ ਕਿਆ ਇਹ ਸਿਰਫ ਪੁਆਇੰਟ ਏ ਤੋਂ ਪੁਆਇੰਟ ਬੀ ਤੱਕ ਹੀ ਜਾਣਾ ਹੁੰਦਾ ਹੈ? ਕਿਆ ਸਿਰਫ ਇਹੀ ਹੈ ਕਿ ਜੀ ਤਾਰੀਖ ਕੀ ਸੀ, ਇਹਦੇ 'ਚ ਹੋਰ ਚੀਜ਼ਾਂ ਵੀ ਆਉਂਦੀਆਂ ਨੇ? ਕਿਆ ਇਹਦੇ 'ਚ ਫੈਕਟ ਫਿਗਰ ਤੋਂ ਇਲਾਵਾ ਇਹ ਵੀ ਆਉਂਦਾ ਹੈ ਕਿ ਲੋਕਾਂ ਦੇ ਨਾਲ ਕੀ ਹੋ ਰਹੀ ਸੀ, ਲੋਕਾਂ ਦਾ ਵਰਤਾਰਾ ਕੀ ਸੀ, ਉਹਨਾਂ ਦੇ ਨਾਲ ਉਹਨਾਂ ਦੀ ਜ਼ਬਾਨ ਕਿਹੜੀ ਸੀ, ਉਹਨਾਂ ਦਾ ਰਹਿਤਲ ਕਿਹੜੀ ਸੀ? ਇਹ ਸਾਰੀਆਂ ਗੱਲਾਂ ਜ਼ਰੂਰੀ ਨੇ। ਮਿਸਲ ਪਹਿਲੀ ਵਾਲੀ ਗੱਲ 'ਤੇ ਮੈਂ ਤੁਹਾਨੂੰ ਇੱਕ ਦਿਲਚਸਪ ਗੱਲ ਦੱਸਦਿਆਂ, ਮਤਲਬ ਆਪਣੀ ਪਛਾਣ ਜਿਹੜੀ ਹੈ, ਮਿਸਲ ਸਾਡਿਆਂ ਇਹ ਆਮ ਤਸੱਵਰ ਹੈ ਕਿ ਅਸੀਂ ਤਾਂ ਪਤਾ ਨਹੀਂ ਕੋਈ ਹਜ਼ਾਰਾਂ ਸਾਲਾਂ ਤੋਂ ਮੁਸਲਮਾਨ ਇੱਥੇ ਰਹਿ ਰਹੇ ਹਾਂ। 1881 ਦਾ ਜਿਹੜਾ ਬ੍ਰਿਟਿਸ਼ ਨੇ ਸੈਂਸਸ ਕੀਤਾ ਸੀ ਉਹਦੇ ਵਿੱਚ ਮੁਸਲਮਾਨ ਟੋਟਲ 48% ਸਨ, 48% ਹਿੰਦੂ 44% ਸਨ, ਔਰ ਸਿੱਖ ਜਿਹੜੇ ਸਨ ਉਹ 8% ਸਨ। ਫਿਰ ਉਸ ਤੋਂ ਬਾਅਦ 60 ਸਾਲਾਂ ਤੋਂ ਬਾਅਦ ਜਦੋਂ 1921 ਵਿੱਚ ਸੈਂਸਸ ਹੋਇਆ ਤਾਂ ਉਹਦੇ ਵਿੱਚ ਇਹ ਪਤਾ ਲੱਗਾ ਕਿ ਜਿਹੜੇ ਮੁਸਲਮਾਨ ਨੇ ਉਹ 53% ਹੋ ਗਏ 48 ਤੋਂ, ਹਿੰਦੂ ਜਿਹੜੇ ਨੇ ਉਹ 44 ਤੋਂ ਘੱਟ ਕੇ 29% ਹੋ ਗਏ, ਔਰ ਜਿਹੜੇ ਸਿੱਖ ਨੇ ਉਹ 8 ਤੋਂ ਡਬਲ ਹੋ ਕੇ 15% ਹੋ ਗਏ। ਇਹਦਾ ਮਤਲਬ ਇਹ ਹੈ ਕਿ ਇਹਨਾਂ 60 ਸਾਲਾਂ 'ਚ ਬਹੁਤ ਹੀ ਅੰਗਰੇਜ਼ ਦੇ ਉਸ ਜ਼ਮਾਨੇ 'ਚ ਬਹੁਤ ਹੀ ਲੰਮੀ ਚੌੜੀ ਮਜ਼ਹਬ ਤਬਦੀਲੀ ਹੋਈ। ਬਿਲਕੁਲ, ਹਿੰਦੂਆਂ ਵਿੱਚੋਂ ਨਿਕਲ ਕੇ ਜਿਹੜੀਆਂ ਛੋਟੀ ਜਾਤਾਂ ਦੇ ਹਿੰਦੂ ਸਨ ਉਹ ਜਾਂ ਮੁਸਲਮਾਨ ਹੋ ਗਏ ਜਾਂ ਸਿੱਖ ਹੋ ਗਏ। ਇਸ ਲਈ ਇਹ ਮੁੱਢਲੀ ਤਬਦੀਲੀ ਆਈ। ਇਹ ਤੋਂ ਇਹ ਵੀ ਲੱਗਦਾ ਹੈ ਕਿ ਜਿਹੜਾ ਇਹਦਾ ਮਤਲਬ ਹੈ ਕਿ ਜੇ 1881 ਵਿੱਚ ਮੁਸਲਮਾਨ 48% ਸਨ ਅਤੇ ਮੁਗਲਾਂ ਦੇ ਪਹਿਲੇ ਦੌਰ ਦੇ ਵਿੱਚ ਤਾਂ ਇਸ ਤੋਂ ਵੀ ਬਹੁਤ ਘੱਟ ਹੋਣਗੇ ਪੰਜਾਬ 'ਚ, ਮਤਲਬ ਕੋਈ ਮਾਈਨੋਰਿਟੀ ਹੋਏਗੀ, ਮੈਜੋਰਿਟੀ ਜਿਹੜੀ ਉਹ ਹਿੰਦੂ ਹੋਏਗੀ, ਇਹ ਤਾਂ ਗੱਲ ਸਾਬਤ ਹੋ ਗਈ ਨਾ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਅਸੀਂ ਸਾਰੇ ਉਸ ਪਿਛੋਕੜ ਤੋਂ ਆਏ ਹਾਂ, ਔਰ ਅਸੀਂ ਜ਼ਿਆਦਾਤਰ ਜਿਹੜੇ ਹੈ ਉਹ ਅਸੀਂ ਛੋਟੀਆਂ ਜਾਤਾਂ ਤੋਂ ਕਨਵਰਟ ਹੋ ਕੇ ਮੁਸਲਮਾਨ ਬਣੇ ਹਾਂ, ਇਹ ਸਾਨੂੰ ਪਤਾ ਹੋਣਾ ਚਾਹੀਦਾ। ਹਾਂਜੀ, ਅੱਛਾ, ਇਹ ਤਾਂ ਇੱਕ ਪੱਖ ਹੋ ਗਿਆ ਨਾ।
ਲੇਕਿਨ ਜਿਹੜੀ ਗੱਲ ਹੋ ਰਹੀ ਸੀ ਕਿ ਸਿਰਫ ਬਾਦਸ਼ਾਹ ਕੌਣ ਸੀ ਔਰ ਕੀ ਇਹ ਕਾਮਾਤ ਆ ਰਹੇ ਸਨ, ਹਮਲਾਵਰ ਕੌਣ ਸੀ, ਉਹਨੇ ਕੀ ਕੀਤਾ ਸੀ, ਇਹਦੇ ਬਾਰੇ ਤਾਂ ਗੱਲ ਹੁੰਦੀ ਹੈ ਲੇਕਿਨ ਲੋਕਾਂ ਦੇ ਬਾਰੇ ਗੱਲ ਨਹੀਂ ਹੁੰਦੀ। ਇਹ ਦੇਖੋ ਨਾ, ਗੱਲ ਇਹ ਹੈਗੀ ਕਿ ਯਾਦ ਅਸੀਂ ਇਹ ਕਰ ਸਕਦੇ ਹਾਂ ਕਿ ਜੀ ਪਹਿਲੇ ਕਿਹੜਾ ਬਾਦਸ਼ਾਹ ਸੀ, ਉਹਦੀਆਂ ਦੋ ਕਹਾਣੀਆਂ, ਫਿਰ ਦੂਜੇ ਬਾਦਸ਼ਾਹ ਦੀਆਂ, ਫਿਰ ਤੀਜੇ ਦੀਆਂ, ਚਾਰ ਕਹਾਣੀਆਂ ਤੇ ਅਸੀਂ ਜਿਵੇਂ ਚੱਲਦਾ ਮੁਕਾ ਦਈਏ ਗੱਲ ਨੂੰ। ਪਰ ਗੱਲ ਇਹ ਨਹੀਂ ਹੈ ਨਾ, ਜਿਹੜੀ ਮੁੱਢਲੀ ਗੱਲ ਹੈ ਲੋਕਾਂ ਦੀ ਜਿਹੜੀ ਕਰਨੀ ਹੈ, ਅਸੀਂ ਲੋਕਾਂ ਦੀ ਤਾਰੀਖ ਵੀ, ਲੋਕਾਂ ਦੀ ਤਾਰੀਖ ਬੇਸਿਕਲੀ ਦੱਸਣੀ ਹੈ। ਉਹਦੇ ਵਿੱਚ ਇਹ ਅਹਿਮ ਹੈ ਕਿ ਲੋਕਾਂ ਦੇ ਵਿੱਚ ਪੈਦਾਵਾਰ ਜਿਹੜੀ ਹੈ, ਮੁਖਤਲਿਫ ਜਿਹੜੇ ਜ਼ਰੀਏ ਪੈਦਾਵਾਰ ਦੇ ਨੇ, ਪਹਿਲੀ ਗੱਲ ਤਾਂ ਹੈ ਕਿ ਪੈਦਾ ਜਿਹੜੀ ਖਾਣਾ ਹੈ ਇਨਸਾਨ ਦੀ ਪਹਿਲੀ ਚੀਜ਼ ਤਾਂ ਖਾਣਾ ਸੀਗਾ, ਉਹਦੇ ਲਈ ਉਹ ਸਾਰੀ ਜਦੋਜਹਿਦ ਕਰ ਰਿਹਾ ਸੀ। ਔਰ ਇਹ ਕਿ ਉਹ ਕਿਵੇਂ ਪੈਦਾ ਕਰਦਾ ਹੈ, ਫਿਰ ਇਹ ਕੋਈ ਜਿਹੜੀ ਪੈਦਾਵਾਰ ਹੁੰਦੀ ਹੈ ਉਹ ਕਿਵੇਂ ਵੰਡੀ ਜਾਂਦੀ ਹੈ, ਉਹਦੇ ਫਿਰ ਉਹ ਸਿਸਟਮ ਦੇ ਉੱਤੇ ਰਸਮੋ ਰਿਵਾਜ਼ ਕਿਵੇਂ ਬਣਦੇ ਨੇ, ਰਸਮੋ ਰਿਵਾਜ਼ ਦੇ ਨਾਲ ਖਿਆਲਾਤ ਕਿਵੇਂ ਬਣਦੇ ਨੇ, ਯਾਨੀ ਮਤਲਬ ਮੁਖਤਲਿਫ ਤਰ੍ਹਾਂ ਦੇ ਤਸਵਰਾਤ ਕਿਵੇਂ ਬਣਦੇ ਨੇ, ਔਰ ਫਿਰ ਉਸ ਤੋਂ ਅੱਗੇ ਕਿ ਉੱਥੋਂ ਸਿਆਸਤ ਕਿਵੇਂ ਬਣਦੀ ਹੈ। ਇਹ ਜਿਹੜੀ ਹੈ, ਇਹ ਸਾਰੇ ਪੱਖ ਜਿੰਨਾ ਚਿਰ ਅਸੀਂ ਨਾ ਖੋਲੀਏ ਉਹਨਾਂ ਚਿਰ ਤੱਕ ਅਸੀਂ ਤਾਰੀਖ ਨੂੰ ਤਾਰੀਖ ਨੂੰ ਵੇਖ ਨਹੀਂ ਸਕਦੇ। ਅਤੇ ਇਸ ਲਈ ਅਸੀਂ ਜਦੋਂ ਚੱਲਾਂਗੇ ਤਾਰੀਖ ਨੂੰ ਦੇ ਸਫ਼ਰ ਦੇ ਉੱਤੇ ਚੱਲ ਰਹੇ ਹਾਂ ਪੰਜਾਬ ਦੀ, ਤਾਂ ਅਸੀਂ ਇਹਨਾਂ ਸਾਰੇ ਪੱਖਾਂ ਨੂੰ ਦੇਖਦੇ ਚੱਲਾਂਗੇ। ਮਿਸਾਲ ਦੇ ਤੌਰ 'ਤੇ ਜੇ ਅਸੀਂ ਇਹ ਕਰ ਲਈਏ ਕਿ ਜੀ ਅੱਜ ਅਸੀਂ ਕਿੱਥੇ ਖੜ੍ਹੇ ਹਾਂ, ਚਲੋ ਇੱਥੋਂ ਸ਼ੁਰੂ ਹੋ ਜਾਂਦੇ ਕਿ ਅੱਜ ਅਸੀਂ ਕਿੱਥੋਂ ਕਿੱਥੇ ਖੜ੍ਹੇ ਹਾਂ। ਅੱਜ ਤੋਂ ਮੁਰਾਦ ਮੇਰੀ ਇਹ ਹੈ ਕਿ ਪਿਛਲੇ 40 ਸਾਲਾਂ 'ਚ ਤਾਂ ਬਹੁਤ ਫਰਕ ਆ ਗਿਆ, ਕਲੈਕਟਿਵਲੀ ਬਹੁਤ ਫਰਕ ਹੈ, ਬਹੁਤਾ ਫਰਕ ਆ ਗਿਆ। 1970 ਦੇ ਵਿੱਚ ਜਾਂ 1960s ਤੱਕ ਪਿੰਡ ਕੀ ਸੀ, ਔਰ ਉਹ ਆਰੀਆਵਾਂ ਦੇ ਵੇਲੇ ਜਾਂ ਹੜੱਪਾ ਦੀ ਤਹਿਜ਼ੀਬ ਦੇ ਵੇਲੇ ਕਿਹੜਾ ਪਿੰਡ ਸੀ, ਔਰ ਕਿਵੇਂ ਪ੍ਰੋਡਕਸ਼ਨ ਸੀ, ਔਰ ਹੜੱਪਾ ਦੀ ਜਿਹੜੀ ਤਹਿਜ਼ੀਬ ਜਾਂ ਆਰੀਆਵਾਂ ਦੇ ਨਾਲ ਆਉਣ ਦੇ ਨਾਲ ਜਿਹੜੀਆਂ ਬਦਲੀਆਂ ਹੋਈਆਂ ਉਹਨਾਂ ਤੋਂ ਲੈ ਕੇ ਅਤੇ ਹੁਣ ਦੇ ਪਿੰਡ ਤੱਕ ਜਿਹੜਾ 1970 ਤੱਕ ਸੀ ਉਹ 'ਚ ਕਿੰਨੀਆਂ ਕੁ ਬਦਲੀਆਂ ਹੋਈਆਂ ਔਰ ਕਿਹੜੀਆਂ ਹੋਈਆਂ। ਗੱਲ ਕਰ ਲੈਣੇ ਨਾ, ਹੁਣ ਸ਼ੁਰੂ ਹੋ ਗਿਆ ਜੀ, ਕਿੱਥੇ ਕਿਤਨੀ, ਠੀਕ ਹੈ ਨਾ ਜੀ। ਹੁਣ ਦੇਖੋ ਮੈਂ ਆਪਣੇ ਘਰ ਦੀ ਗੱਲ ਕਰਨਾ ਤੁਹਾਨੂੰ, ਜਿਹੜਾ ਪਿੰਡ ਵਿੱਚ ਸਾਡਾ ਘਰ ਸੀ ਉਹ ਗਾਰੇ ਦਾ ਬਣਿਆ ਹੋਇਆ ਘਰ ਸੀ, ਬੇਸਿਕਲੀ ਇੱਕ ਬੂਹਾ ਸੀ ਉਹਨੂੰ ਹੁੰਦਾ, ਔਰ ਜਿਹੜੀਆਂ ਛੱਤ ਦੇ ਉੱਤੇ ਛਤੀਰੀਆਂ ਪਈਆਂ ਸਨ ਅਤੇ ਜਿਹੜੇ ਬਾਲੇ ਹੁੰਦੇ ਨੇ ਉਹ ਜਿਹੜੇ ਪਏ ਸਨ ਉਹ ਜੰਗਲੀ ਲੱਕੜੀ ਦੇ ਸਨ, ਉਹ ਆਰੇ ਨਾਲ ਵੀ ਚੀਰੀਆਂ ਨਹੀਂ ਸੀ, ਠੀਕ ਹੈ। ਅੱਛਾ, ਜਿਹੜਾ ਇਹ ਤਾਂ ਘਰ ਹੋ ਗਿਆ, ਜਿਹੜਾ ਜਿਹੜਾ ਪੈਦਾਵਾਰ ਹੁੰਦੀ ਸੀ ਉਹਦੀ ਬੁਨਿਆਦੀ ਚੀਜ਼ ਹਲ ਸੀ, ਹਲ ਦੇ ਵਿੱਚ ਇੱਕ ਲੱਕੜੀ ਦਾ ਹਲ, ਇੰਨੀ ਮਤਲਬ ਲੱਕੜੀ, ਔਰ ਉਹਦੇ ਨਾਲ ਇੱਕ ਛੋਟਾ ਜਿਹਾ ਲੋਹੇ ਦਾ ਲੱਗਾ ਚੌ ਜਿਹਨੂੰ ਕਹਿੰਦੇ ਸਨ ਉਹ, ਔਰ ਅੱਗੇ ਦੋ ਢੱਗੇ ਉਹਦੇ ਲੱਗੇ ਜਾਂ ਬਲਦ ਦੋ ਲੱਗੇ ਜਾਂ ਕੀ ਕਹਿੰਦੇ ਨੇ ਆਕਸੀਜਨ ਲੱਗੇ ਜਿਹੜੇ ਨੇ, ਆਕਸੀਜਨ ਲੱਗੇ ਜਿਹੜੇ ਨੇ ਉਹ ਉਹਨੂੰ ਖਿੱਚ ਰਹੇ ਨੇ, ਔਰ ਇਹ ਕੰਸਟੈਂਟ ਰਿਹਾ ਨਾ ਹੋਏਗਾ। ਹਾਂ ਮੈਂ ਦੱਸ ਇਹ ਦੱਸਣਾ, ਫਿਰ ਇਹ ਹੈ ਕਿ ਮਰਦ ਔਰਤ ਦਾ ਕੀ ਤਲਕ ਸੀ, ਹੁਣ ਕੀ ਸੀ, ਪਹਿਲੇ ਕੀ ਸੀ, ਔਰ ਰਸਮੋ ਰਿਵਾਜ਼ ਕਿਵੇਂ ਬਣੇ, ਫਿਰ ਜਾਤਾਂ ਅਤੇ ਗੋਤਾਂ ਕਿਵੇਂ ਬਣੀਆਂ। ਹੁਣ ਮਸਲ ਸਾਡੇ ਪਿੰਡ ਦੇ ਵਿੱਚ ਹੀ ਤੁਸੀਂ ਦੇਖੋ ਕਿ ਜਿਹੜੀ ਮੈਂ ਦੇਖੀ ਹੈ ਸਾਡੇ ਆਪਣੇ ਪਿੰਡ ਦੀ ਸੁਸਾਇਟੀ 'ਚ ਉਹ ਇਹ ਸੀ ਕਿ ਔਰਤਾਂ ਅਤੇ ਮਰਦਾਂ ਦੀ ਬਰਤਰੀ ਤਾਂ ਹੈ ਸੀ ਥੋੜ੍ਹੀ ਬਹੁਤ, ਲੇਕਿਨ ਕਿ ਔਰਤਾਂ ਇੰਨੀਆਂ ਵੀ ਬਹੁਤ ਥੱਲੇ ਨਹੀਂ ਸਨ, ਲੇਕਿਨ ਜਿਹੜੇ ਪ੍ਰੋਡਕਸ਼ਨ ਹੋ ਰਹੀ ਉਹ ਤੇ ਇਕੁਅਲੀ ਪਾਰਟਿਸਿਪੇਟ ਕਰਦੇ ਸਨ ਨਾ, ਕਿਉਂਕਿ ਔਰਤਾਂ ਦੀ ਵੀ ਜਿਹੜੀ ਵਾਹੀ ਬੀਜੀ ਦੇ ਵਿੱਚ ਲੋੜ ਹੈ ਉਹ ਓਨੀ ਹੈ ਜਿੰਨੀ ਕਿ ਮਰਦਾਂ ਦੀ ਹੈ, ਮਰਦ ਹਾਲ ਵਾਉਂਦੇ ਨੇ ਅਤੇ ਬਾਕੀ, ਬਲਕਿ ਸਿਰਫ ਮਰਦਾਂ ਦੀ ਨਹੀਂ ਹੈ ਮਤਲਬ ਪੂਰਾ ਹਾਊਸ ਹੋਲਡ ਦੀ ਹੈ, ਪਰ ਉਹ ਪੂਰੇ ਹਾਊਸ ਸਿਰਫ ਇੱਕ ਦੋ ਬੰਦੇ ਨਹੀਂ ਜਾ ਕੇ ਕਰ ਰਹੇ ਜਿਵੇਂ ਬਾਅਦ ਟਰੈਕਟਰ ਦੇ ਨਾਲ ਹੋ ਗਿਆ। ਹਾਂਜੀ, ਅਤੇ ਜਿਹੜੀਆਂ ਰਸਮੋ ਰਿਵਾਜ਼ ਵੀ ਜਿਹੜੇ ਸਾਰੇ ਬਣੇ ਸਨ ਉਸ ਪੈਦਾਵਾਰ ਦੇ ਇਰਦ ਗਿਰਦ ਬਣੇ ਸਨ ਨਾ। ਫਿਰ ਤੁਸੀਂ ਦੇਖੋ ਸਾਡੇ ਪਿੰਡ ਵਿੱਚ ਅਜੇ ਜਿਹੜਾ ਕਬਾਇਲੀ ਜ਼ਮਾਨੇ ਦਾ ਨਿਜ਼ਾਮ ਸੀ ਕਿ ਉਹਦੇ ਵਿੱਚ ਕਬੀਲਿਆਂ ਦੇ ਨਾਂ ਆਉਂਦੇ ਸਨ ਅਤੇ ਕਬੀਲਿਆਂ ਦੇ ਅੰਦਰ ਗੋਤਾਂ ਆਉਂਦੀਆਂ ਸਨ, ਠੀਕ, ਕਬੀਲਿਆਂ ਦੇ ਸਭ ਡਿਵੀਜ਼ਨਸ ਹੁੰਦੇ ਸਨ। ਸਾਡੇ ਪਿੰਡ ਵਿੱਚ ਐਵੇਂ ਸੀਗਾ ਕਿ ਮਸਲ ਸਾਡੀ ਜਿਹੜੀ ਬਰਾਦਰੀ ਸੀ ਉਹ 7-8 ਘਰਾਂ 'ਤੇ ਮੁਸ਼ਤਮਿਲ ਸੀ, ਉਹਦੇ ਵਿੱਚ ਉਹਨਾਂ ਦੇ ਨਾਂ ਸਨ, ਉਹਨਾਂ ਦੇ ਨਾਂ ਕਿਵੇਂ ਪਏ, ਪਊਪ, ਸੁੱਕੂ, ਗੱਪੀ, ਸਿੱਪੀ, ਸੈਣੀ, ਕੋੜ, ਫਰਿਸ਼ਤੇ, ਇਹ ਬਰਾਦਰੀ ਸੀ। ਹਾਂਜੀ, ਇਹ ਜਿਹੜੀ ਬਰਾਦਰੀ ਹੈ ਇਹ ਕੁਲੈਕਟਿਵਲੀ ਫੈਸਲੇ ਕਰਦੀ ਸੀ,
ਮਸਲਨ ਜੇ ਉਹਨਾਂ ਨੇ ਵਿਆਹ ਵੀ ਕਰਨਾ ਨਾ ਕੋਈ ਤਾਂ ਉਹ ਸਾਰੀ ਬਰਾਦਰੀ ਇਕੱਠੀ ਹੁੰਦੀ ਸੀ। ਫਿਰ ਇਹ ਹੈ ਕਿ ਮਸਲਨ ਵਿਆਹ ਦੇ ਉੱਤੇ ਜਦੋਂ ਖਾਣਾ ਵਾਣਾ ਵੰਡਿਆ ਜਾਣਾ ਹੈ ਅਤੇ ਬਰਾਦਰੀ ਦਾ ਹੀ ਕੋਈ ਸਿਆਣਾ ਬੰਦਾ ਜਿਹੜਾ ਹੈ ਉਹਦੇ ਉੱਤੇ ਬਿਠਾਇਆ ਜਾਂਦਾ ਸੀ, ਉਹ ਉਹਨੂੰ ਆਨਰ ਕੀਤਾ ਜਾਂਦਾ ਸੀ ਕਿ ਇਹ ਵੰਡੇਗਾ। ਸੋ ਮਤਲਬ ਜਿਹੜੀ ਮੈਂ ਕਹਿਣ ਦੀ ਇਹ ਕੋਸ਼ਿਸ਼ ਕਰ ਰਿਹਾ, ਹਾਇਰਾਰਕੀ ਬਣਾਈ ਜਾਂਦੀ ਹੈ, ਹਾਂਜੀ, ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਜਿਹੜਾ 1970 ਦਾ ਪਿੰਡ ਸੀ ਉਹਦੇ ਵਿੱਚ ਜਿਹੜਾ ਰਹਿਣ ਦਾ ਤਰੀਕਾ ਸੀ, ਮਕਾਨਾਂ ਦਾ ਜਿਹੜਾ ਢੰਗ ਸੀ ਉਹ ਤਕਰੀਬਨ ਉਹੋ ਹੀ ਸੀ ਜਿਹੜਾ ਕਿ ਸਿੰਧ ਵੈਲੀ ਵਿੱਚ ਸੀ। ਬਲਕਿ ਅਗਰ ਤੁਸੀਂ ਹੜੱਪਾ ਦੀ ਦੇਖੋ ਤਾਂ ਹੜੱਪਾ ਦੇ ਜਿਹੜੇ ਮਕਾਨਾਂ ਦੇ ਜਿਹੜੇ ਨਿਸ਼ਾਨ ਮਿਲੇ ਨੇ ਔਰ ਸਾਰਾ ਕੁਛ ਮਿਲਿਆ ਉਹ ਬਹੁਤ ਐਡਵਾਂਸ ਹੈ। ਤੁਸੀਂ ਪਿਛਲੀ ਵਾਰੀ ਗੱਲ ਹੋ ਰਹੀ ਸੀ, ਪਿਛਲੀ ਵਾਰੀ ਮੈਂ ਤੁਹਾਨੂੰ ਦੱਸਿਆ ਸੀ ਇਸ ਪਿੰਡ ਤੋਂ ਜ਼ਿਆਦਾ ਐਡਵਾਂਸ ਆ। ਠੀਕ ਹੈ, ਅੱਛਾ, ਜਿਹੜੀ ਸਟਰਕਚਰਲੀ ਕਿਆ ਉਸ ਨੂੰ ਐਡਵਾਂਸ ਹੋਣਗੇ ਜਾਂ ਸਟਰਕਚਰਲੀ ਇਹ ਸਾਰਾ ਕੁਝ ਬਣ ਗਿਆ ਹੋਏਗਾ ਵਿੱਚ, ਇਤਨੀ ਹਾਇਰਾਰਕੀ ਇਤਨੀ ਡਿਵੀਜ਼ਨਸ? ਹਾਂ, ਮੇਰਾ ਖਿਆਲ ਹੈ ਕਿ ਜਦੋਂ ਉਹਦੀ ਵਜ੍ਹਾ ਇਹ ਹੈਗੀ ਹੈ ਕਿ ਜੇ ਉੱਥੇ ਪੈਦਾਵਾਰ ਵਾਫਰ ਹੋ ਰਹੀ ਸੀ ਹੜੱਪਾ ਦੇ ਵਿੱਚ, ਸ਼ਹਿਰ 'ਤੇ ਆਬਾਦ ਹੀ ਉਦੋਂ ਹੁੰਦੇ ਨੇ ਜਦੋਂ ਵਾਫਰ ਪੈਦਾਵਾਰ ਹੁੰਦੀ ਹੈ, ਅਤੇ ਜੇ ਵਾਫਰ ਪੈਦਾਵਾਰ ਹੁੰਦੀ ਹੈ ਤਾਂ ਫਿਰ ਤਬਕੇ ਵੀ ਬਣਦੇ ਨੇ, ਤਬਕੇ ਬਣਦੇ ਨੇ ਅਤੇ ਫਿਰ ਹੋਰ ਸਿਲਸਿਲੇ ਵੀ ਉਹਦੇ ਨਾਲ ਚੱਲਦੇ ਨੇ, ਇਸ ਵਾਸਤੇ ਉਹ ਮੌਜੂਦ ਹੋਏਗਾ ਉੱਥੇ। ਠੀਕ, ਫਿਰ ਮੈਂ ਕਿਹਾ ਕਿ ਜੀ ਹੜ੍ਹ ਵੀ ਉਵੇਂ ਹੀ ਇਹੋ ਹੀ ਹੜ੍ਹ ਜਿਹੜਾ ਸੀ ਹੜੱਪਾ ਦੇ ਸਿਵਲਾਈਜੇਸ਼ਨ 'ਚ ਵਗ ਰਿਹਾ ਸੀ, ਇਹੋ ਹੀ ਹੜੱਪਾ 1970 ਦੇ ਪਿੰਡ ਵਿੱਚ ਵੱਜ ਰਿਹਾ ਸੀ। ਫਿਰ ਬਦਲ ਤਾਂ ਬਹੁਤ ਕੁਛ ਗਿਆ, ਲੇਕਿਨ ਇਹ ਹੈ ਕਿ ਜਿਹੜੇ ਹੜੱਪਾ ਦੀ ਤਹਿਜ਼ੀਬ ਦੇ ਔਰ ਆਰੀਆਵਾਂ ਦੀ ਤਹਿਜ਼ੀਬ ਦੇ ਜ਼ਮਾਨੇ ਦੀ ਜਿਹੜੇ ਕਬਾਲਾਈ ਕਬੀਲਾਈ ਜਿਹੜੇ ਜਿਹੜੀਆਂ ਬਹੁਤ ਸਾਰੀਆਂ ਖਸੂਸੀਆਤ ਸਨ ਉਹ ਇਸ ਸੁਸਾਇਟੀ ਦੇ ਵਿੱਚ ਤੱਕ ਅਜੇ ਮੌਜੂਦ ਸਨ। ਠੀਕ ਹੈ, ਅੱਛਾ, ਫਿਰ ਦੇਖੋ ਤੁਸੀਂ ਸਭ ਤੋਂ ਵੱਡੀ ਗੱਲ ਇਹ ਕਿ ਵਿਚਾਰ ਜਾਂ ਮਜ਼ਹਬ ਜਿਹੜਾ ਹੈ ਉਹਦੇ ਵਿੱਚ ਕਿੰਨੀ ਬਦਲੀ ਆਈ। ਮੈਂ ਇਹ ਦੇਖਿਆ ਕਿ ਬਜ਼ਾਹਰ 'ਤੇ ਜਿਹੜਾ ਹਿੰਦੁਸਤਾਨ ਜਾਂ ਪਾਕਿਸਤਾਨ ਹੈ ਇਹਨਾਂ ਵਿੱਚ ਬਜ਼ਾਹਰ 'ਤੇ ਜਿਹੜੇ ਆਪਣਾ ਮਜ਼ਹਬ ਨੇ ਉਹ ਤਾਂ ਵੱਖਰੇ ਵੱਖਰੇ ਸਨ। ਠੀਕ ਹੈ ਨਾ ਜੀ, ਮੁਸਲਮਾਨ, ਹਿੰਦੂ, ਸਿੱਖ, ਜਿਹਨੂੰ ਔਰਗਨਾਈਜ਼ ਰਿਲੀਜਨ ਕਹਿੰਦੇ ਹਾਂ, ਲੇਕਿਨ ਉਹਦੇ ਥੱਲੇ ਜਿਹੜੀ ਲੋਕਾਂ ਦੀ ਜਿਹੜੀ ਅਸਲ ਜਿਹੜੀ ਆਈਡੀਆਲੋਜੀ ਸੀ ਜਿਹਨੂੰ ਉਹ ਮੰਨਦੇ ਸਨ ਪਿੰਡਾਂ ਦੇ ਵਿੱਚ, ਮੈਂ ਖਾਸ ਤੌਰ 'ਤੇ ਕਹਾਂਗਾ ਸ਼ਹਿਰਾਂ 'ਚ ਵੀ ਇੰਝ ਸੀ, ਉਹ ਸੀਗੀ ਕਿ ਇੱਕ ਜਿੰਨਾ ਭੂਤਾਂ ਦਾ ਇੱਕ ਅਨਸੀਨ ਇਨਵਿਜ਼ੀਬਲ ਚੀਜ਼ਾਂ ਦਾ ਇੱਕ ਅਸੈਂਬਲੇਜ ਹੈ, ਇਕੱਠ ਹੈ ਇੱਕ। ਠੀਕ ਹੈ, ਠੀਕ ਹੈ ਜੀ, ਮੈਂ ਸਿਰਫ ਇਹਦੇ 'ਚ ਇੱਕ ਟੁਕੜਾ ਜੋੜਦੇ ਹਾਂ ਕਿ ਇਹ ਚੂੰਕਿ ਐਗਰੇਰੀਅਨ ਸੁਸਾਇਟੀ, ਇਸ ਵੇਲੇ ਨਾਲ ਕਿਉਂਕਿ ਸਾਡੀ ਇਹਦੇ 'ਤੇ ਗੱਲ ਹੋਈ ਸੀ ਕਿ ਐਗਰੇਰੀਅਨ ਸੁਸਾਇਟੀ ਦੀ ਖਸੂਸੀਅਤ 'ਚ ਇਹ ਆ ਜਾਂਦਾ ਜਿਹਦੇ 'ਚ ਉਹ ਮੈਜਿਕ ਦੇ ਨਾਲ ਜਾਂ ਉਹਦੇ ਨਾਲ ਹੈਲੂਸੀਨੇਸ਼ਨ ਦਾ ਇੱਕ ਹੋਰ ਰੱਖਿਆ। ਦੇਖੋ ਜੀ, ਉਹ ਜਿਹੜੀ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਜਿਹੜੀ ਜਦੋਂ ਐਗਰੀਕਲਚਰਲ ਸੁਸਾਇਟੀ ਸ਼ੁਰੂ ਹੋਈਆਂ ਤਾਂ ਉਹਦੇ ਨਾਲ ਜਾਦੂ ਟੂਣੇ ਔਰ ਇਹਨਾਂ ਸਾਰਿਆਂ ਦਾ ਜਿਹੜਾ ਜਿਹੜਾ ਸੋਚਣ ਦਾ ਜਿਹੜਾ ਸਵਰਾਤ ਦਾ ਜਿਹੜਾ ਸੀ ਨਾ ਉਹ ਵੀ ਉਹਦੇ ਨਾਲ ਪੈਦਾ ਹੋਇਆ। ਵਜ੍ਹਾ ਉਹਦੀ ਕੀ ਹੈ? ਉਹਨਾਂ ਨੇ ਮਜ਼ਹਬ ਨੂੰ ਵੀ ਇਨਫਲੂਐਂਸ ਕੀਤਾ ਹੋਇਆ ਨਾਲ? ਨਹੀਂ, ਉਹ ਮੈਂ ਤੁਹਾਨੂੰ ਦੱਸਣਾ ਨਾ, ਉਹ ਫਿਰ ਦੱਸਣਾ ਤੁਹਾਨੂੰ ਕਿ ਉਹ ਵਜ੍ਹਾ ਉਹਦੀ ਇਹ ਹੈਗੀ ਹੈ ਕਿ ਜਿਹੜਾ ਜਿਹੜੀ ਖੇਤੀਬਾੜੀ ਹੈ ਉਹ ਕੁਦਰਤ ਦੇ ਉੱਤੇ ਬਹੁਤ ਡਿਪੈਂਡ ਕਰਦੀ ਹੈ। 4 ਮਹੀਨਿਆਂ 'ਚ ਫਸਲ ਨੇ ਤਿਆਰ ਹੋਣਾ, ਹਰ ਸਟੇਜ ਜਿਹੜੀ ਫਸਲ ਦੀ ਹੈ ਉਹਦੇ ਉੱਤੇ ਖਾਸ ਹਾਲਾਤ ਚਾਹੀਦੇ ਨੇ, ਕੋਈ ਥੋੜ੍ਹਾ ਜਿਹਾ ਵੀ ਵਿਗਾੜ ਪੈ ਜਾਵੇ ਤਾਂ ਉਹਨੇ ਫਸਲ ਨੇ ਮਾਰੇ ਜਾਣਾ ਹੈ। ਠੀਕ ਹੈ, ਮਤਲਬ ਬਾਰਿਸ਼ ਕਿਸ ਵੇਲੇ ਪੈਂਦੀ ਹੈ, ਹਨੇਰੀ ਕਿਸ ਵੇਲੇ ਆਉਂਦੀ ਹੈ, ਮੁਖਤਲਿਫ ਕੁਦਰਤ ਦੀਆਂ ਤਾਕਤਾਂ ਕਿਸ ਵੇਲੇ ਕੰਮ ਕਰਦੀਆਂ ਨੇ, ਇਹਨਾਂ ਦਾ ਡਾਇਰੈਕਟ ਤਾਲੁਕ ਹੈ। ਲਾਜ਼ਾ ਇਨਸਾਨ ਜਿਹੜਾ ਸੀ ਉਹ ਕੁਦਰਤ ਉਹਦੇ ਅੰਦਰ ਇੱਕ ਉਸ ਵੇਲੇ ਜਦੋਂ ਇਹ ਆ ਗਿਆ ਨਾ ਫਸਲਾਂ ਦਾ ਸਾਰਾ, ਅਤੇ ਉਹਦੇ ਅੰਦਰ ਇੱਕ ਖਾਹਿਸ਼ ਸੀ ਕਿ ਮੈਂ ਕੁਦਰਤ ਨੂੰ ਕਿਵੇਂ ਕੰਟਰੋਲ ਕਰਾਂ, ਕੁਦਰਤ ਦੀਆਂ ਤਾਕਤਾਂ ਨੂੰ ਕਿਵੇਂ ਕੰਟਰੋਲ ਕਰਾਂ। ਲਾਜ਼ਾ ਉਹਦੇ ਨਾਲ ਉਹਦੇ ਅੰਦਰ ਜਿਹੜਾ ਜਾਦੂ ਔਰ ਟੂਣੇ ਦੇ ਤਸਵਰਾਤ ਸਨ ਉਹ ਪੈਦਾ ਹੋਏ, ਕਿਉਂਕਿ ਜਿਹੜਾ ਟੂਣੇ ਔਰ ਜਾਦੂ ਦੇ ਨਾਲ ਹੈ ਉਹ ਇਹ ਹੈ ਕਿ ਤੁਸੀਂ ਫਿਤਰਤ ਜਾਂ ਕੁਦਰਤ ਜਾਂ ਨੇਚਰ ਦੀਆਂ ਜਿਹੜੀਆਂ ਤਾਕਤਾਂ ਨੇ ਉਹਨਾਂ ਨੂੰ ਕੰਟਰੋਲ ਕਰ ਸਕਦੇ ਹੋ, ਇਹ ਉਹਨਾਂ ਨੂੰ ਯਕੀਨ ਹੁੰਦਾ, ਇਹ ਇਲੂਜ਼ਨ ਹੈ। ਜਾਂ ਮਨਾ ਸਕਦੇ ਹੋ, ਮਤਲਬ ਕਿਸੇ ਦੀ ਬਲੀ ਨਹੀਂ, ਭਲੇਖ ਨਹੀਂ, ਇਹ ਬਲੀ ਦਿਓ ਕਿਸੇ ਦੀ ਬਾਰਿਸ਼ ਹੋ ਗਈ, ਇਹ ਭਲੇਖਾ ਹੈ, ਇਹ ਭਲੇਖਾ ਹੈ ਜਿਹੜਾ ਇਹ ਸਾਰੀ ਗੱਲ ਹੈ ਤਾਂ ਭਲੇਖਾ, ਲੇਕਿਨ ਉਹਨਾਂ ਨੂੰ ਇੰਨੇ ਅਨਸਰਟਨ ਹਾਲਾਤ ਜਿਹੜੇ ਨੇ, ਗੈਰ ਯਕੀਨੀ ਹਾਲਾਤ ਫਸਲ ਦੇ ਔਰ ਪੈਦਾਵਾਰ ਦੇ, ਉਹਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਦੀ ਯਕੀਨ ਦੀ ਲੋੜ ਸੀ ਤਾਂ ਕਿ ਉਹ ਅੱਗੇ ਚੱਲ ਸਕਣ। ਜਦੋਂ ਉਹ ਸਾਰੀਆਂ ਉਹ ਰਸਮਾਂ ਕਰ ਲੈਂਦੇ ਸਨ ਤਾਂ ਫਿਰ ਉਹਨਾਂ ਨੂੰ
ਆਪਣੇ ਦਿਲ ਵਿੱਚ ਤਾਂ ਇਹ ਹੌਸਲਾ ਹੋ ਜਾਂਦਾ ਸੀ ਕਿ ਅਸੀਂ ਹੁਣ ਪੈਦਾਵਾਰ ਕਰ ਲਵਾਂਗੇ। ਇਹ ਬੁਨਿਆਦ ਹੈ ਉਹਦੀ। ਅੱਛਾ, ਇਸੇ ਵਾਸਤੇ ਹੀ ਮੈਂ ਤੁਹਾਨੂੰ ਅਸੀਂ ਉਹ ਜਿਹੜੀ ਪਿਛਲੀ ਵਾਰੀ ਕਹੀ ਸੀ ਨਾ ਗੱਲ ਕਿ ਬਈ ਆਪਣਾ ਜਿਹੜੇ ਆਰੀਆ ਅਤੇ ਉਹਨਾਂ ਦੀ ਹੜੱਪਾ ਵਾਲੇ ਜਿਹੜੇ ਡਿਵੀਡੀਅਨ ਸਨ ਉਹਨਾਂ ਦੀ ਆਪਸ 'ਚ ਮੇਲ ਮਿਲਾਪ ਹੋ ਗਿਆ ਸੀ, ਉਹ ਅੱਧੀ ਗੱਲ ਸੀਗੀ। ਅਸਲ ਗੱਲ ਇਹ ਹੈਗੀ ਹੈ ਕਿ ਜਿਹੜੇ ਹੜੱਪਾ ਦੀ ਤਹਿਜ਼ੀਬ ਦੇ ਲੋਕ ਸਨ ਉਹਨਾਂ ਦਾ ਪੇਸ਼ਾ ਜ਼ਰਾਤ ਸੀ, ਉਹ ਜ਼ਰੀ ਸਮਾਜ ਸੀ, ਠੀਕ ਹੈ। ਔਰ ਜਿਹੜੇ ਆਰੀਆ ਆਏ ਉਹਨਾਂ ਦਾ ਪੇਸ਼ਾ ਸੀ ਆਪਣਾ ਮਵੇਸ਼ੀ ਪਾਲਣਾ, ਡੰਗਰ ਪਾ, ਠੀਕ ਹੈ ਨਾ ਜੀ, ਉਹ ਪੈਸਟਲ ਲੋਕ ਸਨ, ਠੀਕ। ਅੱਛਾ, ਜਿਹੜੇ ਇਸ ਵਾਸਤੇ ਜਿਹੜੇ ਹੜੱਪਾ ਦੇ ਲੋਕ ਸਨ ਉਹਨਾਂ ਦੀ ਜਿਹੜੀ ਸੋਚ ਦੀ ਬੁਨਿਆਦ ਸੀ ਉਹ ਜਾਦੂ ਟੂਣੇ ਔਰ ਫਿਤਰਤ ਦੇ ਨਾਲ ਤਲਕ ਸੀ। ਜਿਹੜੇ ਪਸ਼ੂ ਪਾਲਨੇ ਜਾਂ ਜਿਹੜੇ ਜਾਨਵਰਾਂ ਨੂੰ ਪਾਲਦੇ ਨੇ ਉਹਨਾਂ ਨੂੰ ਕੁਦਰਤ ਦਾ ਇੰਨਾ ਫੌਰੀ ਅਸਰ ਨਹੀਂ ਹੁੰਦਾ, ਠੀਕ ਹੈ ਨਾ। ਇੱਕ ਜਿਹੜੀ ਮੱਝ ਹੈ ਜਾਂ ਗਾਂ ਉਹ ਤਿਆਰ ਹੋ ਗਈ, ਉਹਨੇ ਹੁਣ ਅੱਗੇ ਲਈ 8-10 ਸਾਲ ਰਹਿਣਾ, ਉਹਨੂੰ ਕੀ ਹੋਣਾ, ਕੁਛ ਵੀ ਨਹੀਂ ਹੋਣਾ। ਔਰ ਅਗਰ ਕੋਈ ਮੌਸਮ ਤਬਦੀਲੀ ਹੋਈ ਤੁਸੀਂ ਮੂਵ ਕਰ ਗਏ ਅੱਗੇ ਕਿਤੇ, ਤੁਸੀਂ ਮੂਵ ਕਰ ਗਏ, ਫਸਲ ਨਾਲ ਤਾਂ ਕੁਛ ਨਹੀਂ ਹੋ ਸਕਦਾ। ਇਸ ਵਾਸਤੇ ਉਹਨਾਂ ਵਿੱਚ ਜਿਹੜੇ ਖਿਆਲਾਤ ਸਨ ਉਹ ਐਬਸਟ੍ਰੈਕਟ ਔਰ ਮਜ਼ਹਬੀ ਖਿਆਲਾਤ ਜਿਹੜੇ ਜਿਸ ਤਰ੍ਹਾਂ ਦੇ ਰੈਗੂਲਰ ਮਜ਼ਹਬ ਔਰਗਨਾਈਜ਼ ਮਜ਼ਹਬ ਹੈ ਉਹ ਛੇਤੀ ਆਉਣੇ ਸ਼ੁਰੂ ਹੋਏ। ਉਹਨਾਂ ਦੇ ਖਿਆਲਾਤ ਸਵਰਾਤੀ ਸਨ। ਜਿਹੜੇ ਆਪਣਾ ਹੜੱਪਾ ਦੇ ਲੋਕ ਸਨ ਉਹਨਾਂ ਦੇ ਖਿਆਲਾਤ ਮਟੀਰੀਅਲਿਸਟਿਕ ਸਨ, ਠੀਕ ਹੈ, ਮਟੀਰੀਅਲਿਸਟਿਕ ਸਨ। ਮਸਲਨ ਉਹ ਜਿਹੜੀ ਉਹਦੇ 'ਤੇ ਉਹਦੀ ਜਿਹੜੀ ਜਿਹੜੇ ਫਲਸਫੇ ਦੇ ਵਿੱਚ ਆਉਂਦਾ ਹੈ ਜਿਹੜੇ ਹੜੱਪਾ ਜਾਂ ਜਿਹੜੇ ਲੋਕ ਨੇ ਜਿਹੜੇ ਉੱਥੋਂ ਨਿਕਲੇ ਔਰ ਜਿਹੜੇ ਸਾਰੇ ਹਿੰਦੁਸਤਾਨ 'ਚ ਫੈਲੇ ਉਹਨਾਂ ਦੀ ਜਿਹੜੀ ਬੁਨਿਆਦੀ ਫਲਸਫਾ ਸੀ ਉਹ ਤੰਤਰਵਾਦ ਸੀ। ਤੰਤਰਵਾਦ ਦਾ ਮਤਲਬ ਹੈ ਕਿ ਤੁਸੀਂ ਆਪਣੇ ਜਿਸਮ ਦੇ ਬਾਰੇ, ਤਨ ਦੇ ਬਾਰੇ 'ਚ, ਤਨ ਦਾ ਮਤਲਬ ਤਨ ਤੋਂ ਕਿ ਉਹਦਾ ਮਤਲਬ ਇਹ ਹੈਗਾ ਕਿ ਤੁਸੀਂ ਤਨ ਜਿਹੜਾ ਹੈ ਉਹਦੇ ਉੱਤੇ ਗੌਰ ਕਰੋ। ਯਾਨੀ ਉਹਨਾਂ ਦਾ ਫਲਸਫਾ ਇਹ ਸੀ ਕਿ ਜਿਹੜਾ ਤਨ ਹੈ ਔਰ ਜਿਹੜੀ ਫਿਤਰਤ ਹੈ ਉਹਨਾਂ ਦੋਵਾਂ ਦਾ ਇੱਕ ਹੀ ਅਸੂਲ ਹੈ, ਠੀਕ ਹੈ। ਇਸ ਵਾਸਤੇ ਅਗਰ ਤੁਸੀਂ ਆਪਣੇ ਤਨ ਨੂੰ ਅੰਦਰੋਂ ਸਮਝ ਲਓ ਤਾਂ ਤੁਸੀਂ ਨੇਚਰ ਸਮਝੋਗੇ। ਨਾ ਸਿਰਫ ਇੱਕ ਅੰਦਰ ਦੀਆਂ ਤਾਕਤਾਂ ਜਿਹੜੀਆਂ ਤਨ ਦੀਆਂ ਤਾਕਤਾਂ ਅੰਦਰ ਛੁਪੀਆਂ ਹਨ, ਅਗਰ ਉਹਨਾਂ ਨੂੰ ਤੁਸੀਂ ਜਗਾ ਲਓ ਤਾਂ ਨਾ ਸਿਰਫ ਤੁਸੀਂ ਕੁਦਰਤ ਨੂੰ ਸਮਝ ਸਕਦੇ ਹੋ ਬਲਕਿ ਤੁਸੀਂ ਕੁਦਰਤ ਨੂੰ ਕੰਟਰੋਲ ਵੀ ਕਰ ਸਕਦੇ ਹੋ। ਇਸ ਵਾਸਤੇ ਉਹ ਜਿਹੜੇ ਲੰਮੇ ਯੋਗਾ ਦੇ ਵਜ਼ੀਫੇ ਅਤੇ ਤਪੱਸਿਆ ਅਤੇ ਉਹ ਸਾਰੀ ਜਿਹੜੀ ਹੈ ਉਹਦਾ ਇਹਦੇ ਨਾਲ ਤਲਕ ਸੀ। ਇਹ ਯੋਗ ਸ਼ੋਗ ਸਾਰਾ ਉਹਦੇ 'ਚੋਂ ਨਿਕਲਿਆ, ਉਹਦੇ 'ਚੋਂ ਨਿਕਲਿਆ। ਓਕੇ, ਯੋਗੀਆਂ ਦਾ ਜਿਹੜਾ ਫਲਸਫਾ ਉੱਥੋਂ ਨਿਕਲਿਆ, ਉਹਦੀ ਵਜ੍ਹਾ ਇਹ ਸੀਗੀ ਕਿ ਤਨ ਨੂੰ ਕਰਨਾ। ਅੱਛਾ, ਹੁਣ ਇਹ ਬੜੀ ਮਜ਼ੇਦਾਰ ਗੱਲ ਹੈ ਕਿ ਜਿਹੜਾ ਤੰਤਰਵਾਦ ਉਹ ਬਾਅਦ 'ਚ ਸੰਖਿਆ ਦੇ ਫਲਸਫੇ ਦੇ ਵਿੱਚ ਢਲਿਆ, ਲੇਕਿਨ ਜਿਹੜੀ ਮਜ਼ੇਦਾਰ ਗੱਲ ਇਹ ਹੈ ਉਹ ਇਹ ਹੈਗੀ ਹੈ ਕਿ ਤੰਤਰਵਾਦ ਵਾਲੇ ਜਿਹੜੇ ਨੇ ਉਹਨਾਂ ਵਿੱਚ ਪੰਜ ਜਿਹੜੀਆਂ ਗੱਲਾਂ ਨੇ ਉਹ ਮੁੱਢੀਆਂ ਮੰਨੀਆਂ ਜਾਂਦੀਆਂ ਸਨ। ਅੱਛਾ, ਉਹ ਹੈਗੀ ਸੀ ਜੀ ਮਾਸ ਖਾਣਾ, ਮਾਸ, ਠੀਕ ਹੈ, ਠੀਕ ਹੈ, ਮੱਛੀ ਖਾਣਾ, ਮੱਧ ਯਾਨੀ ਸ਼ਰਾਬ ਅਤੇ ਭੁੱਜੀ ਹੋਈ ਜਵਾਰ ਖਾਣੀ, ਉਹਨੂੰ ਕਹਿੰਦੇ ਸਨ ਮਦਰਾ, ਮਦਰਾ, ਓਕੇ, ਅਤੇ ਮੈਥੋਨਾ, ਮੈਥੋਨਾ ਦਾ ਮਤਲਬ ਹੈ ਜਿਨਸੀ ਇਖਤਲਾਤ, ਇੰਟਰਕੋਰਸ। ਇਹ ਪੰਜ ਚੀਜ਼ਾਂ ਜਿਹੜੀਆਂ ਨੇ ਇਹ ਤੰਤਰਵਾਦ ਦਾ ਮੁੱਢ ਸਨ। ਇਹਨਾਂ ਨੂੰ ਲਾਜ਼ਮੀ ਸਮਝ ਜਾਂਦਾ ਸੀ ਹਰ 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 ਰਸਮ ਦੇ ਵਿੱਚ। ਅੱਛਾ, ਅਗਰ ਤੁਸੀਂ ਆਪਣੇ ਜ਼ਮਾਨੇ ਦੇ ਪਿਛਲੇ 4-5 ਸਦੀਆਂ ਦੇ ਵਿੱਚ ਦੇਖੋ ਤਾਂ ਤੁਹਾਨੂੰ ਇਹ ਸਮਝ ਆਉਂਦੀ ਹੈ ਕਿ ਜਿਹੜੇ ਤੰਤਰਵਾਦ ਹੈ ਜਿਹੜੇ ਸਾਡੇ ਸੂਫੀ ਪੰਜਾਬੀ ਦੀ ਸੂਫੀ ਰੀਤ ਹੈ ਉਹਨਾਂ ਨੇ ਇਸਤੇਮਾਲ ਕੀਤਾ ਸੀ। ਮਤਲਬ ਦੇਖੋ ਸ਼ਾਹ ਹੁਸੈਨ ਦਾ ਕਿ ਸ਼ਾਹ ਹੁਸੈਨ ਜਿਹੜਾ ਹੈ ਉਹ ਨੱਚਦਾ ਵੀ ਸੀ, ਸ਼ਰਾਬ ਵੀ ਪੀਂਦਾ ਸੀ। ਸ਼ਰਾਬ ਬਲਕਿ ਉਹਦੀ ਜਿਹੜੀ ਸ਼ਰਤ ਸੀ ਉਹ ਇਹ ਸੀ ਕਿ ਮੇਰੇ ਨਾਲ ਸ਼ਰਾਬ ਦੀ ਠੂਠੀ ਪੀਓ ਅਤੇ ਤਾਂ ਫਿਰ ਤੁਸੀਂ ਮੇਰੇ ਬਣ ਸਕਦੇ ਹੋ, ਠੀਕ ਹੈ। ਫਿਰ ਇਹ ਹੈ ਕਿ ਜਿਹੜੀ ਕਹਿੰਦੇ ਨੇ ਕਿ ਕੋਈ ਇੱਕ ਸਦੀ ਪਹਿਲੇ
ਜਾਂ ਇਸ ਤੋਂ ਥੋੜ੍ਹਾ ਬਹੁਤਾ ਜਿਹੜਾ ਸ਼ਾਹ ਹੁਸੈਨ ਦੇ ਮਜ਼ਾਰ ਦੇ ਉੱਤੇ ਜਿਹੜਾ ਸ਼ਰਾਬ ਦੀ ਬੋਤਲ ਚੜਾਵਾ ਚੜ੍ਹਦੀ ਸੀ ਬਕਾਇਦਾ। ਇਹ ਖੈਰ ਮਤਲਬ ਇਹ ਓਰਲ ਟ੍ਰੈਡੀਸ਼ਨ ਤੋਂ ਆਈ ਹੈ ਗੱਲ, ਮੈਨੂੰ ਇਹਦਾ ਪਤਾ ਕੋਈ ਨਹੀਂ ਹੈਗਾ। ਫਿਰ ਇਹ ਸੀ ਕਿ ਜਿਹੜਾ ਸ਼ਾਹ ਹੁਸੈਨ ਦੇ ਮੇਲੇ ਦੇ ਅੰਦਰ ਦੀ ਜਿਹੜੀ ਬਾਉਂਡਰੀ ਹੈ ਉਹਦੇ ਅੰਦਰ ਜਿਹੜੀ ਮਰਦਾਂ ਔਰਤਾਂ ਦਾ ਇੱਕ ਦੂਜੇ ਦੇ ਨਾਲ ਮੇਲ ਜੋਲ ਹੈ, ਮਿਲਾਪ ਜਿਹੜਾ ਹੈ, ਉਹ ਇੱਕ ਪਾਬੰਦੀ ਨਹੀਂ ਸੀ। ਰੋਕ ਟੋਕ ਨਹੀਂ ਹੈ, ਮਤਲਬ ਇਹ ਉਹ ਕਿਸ ਹੱਦ ਤੱਕ ਕਰ ਸਕਦੇ ਨੇ ਇਹ ਉਹਨਾਂ 'ਤੇ ਡਿਪੈਂਡ ਕਰਦਾ, ਲੇਕਿਨ ਰੋਕ ਟੋਕ ਨਹੀਂ ਸੀ। ਠੀਕ ਹੈ ਨਾ ਜੀ। ਸੋ ਇਹ ਫਿਰ ਮੈਂ ਤੁਹਾਨੂੰ ਦੱਸਾਂ, ਜਿਹੜੀ ਮੈਂ ਤੁਹਾਨੂੰ ਪਹਿਲੇ ਗੱਲ ਕਹੀ ਹੈ ਕਿ ਉਹਨਾਂ ਦਾ ਜਿਹੜਾ ਸੂਫੀਆਂ ਦੇ ਵਿੱਚ ਆਇਆ ਅੱਗੇ ਆ ਕੇ ਤੰਤਰਵਾਦ ਵਾਲਿਆਂ ਦਾ ਔਰ ਸੰਖਿਆ ਵਾਲਿਆਂ ਦਾ ਮਟੀਰੀਅਲਿਸਟ, ਮਿਸਾਲ ਦੇ ਤੌਰ 'ਤੇ ਤੁਸੀਂ ਦੇਖੋ ਸੁਲਤਾਨ ਬਾਹੂ ਨੂੰ। ਸੁਲਤਾਨ ਬਾਹੂ ਹੋਰੀ ਕਹਿੰਦੇ ਨੇ ਇਹ ਤਨ ਰੱਬ ਸੱਚੇ ਦਾ ਹੁਜਰਾ ਵਿੱਚ ਪਾ ਫਕੀਰਾ ਜਾਤੀ ਹੋ। ਠੀਕ, ਬਿਲਕੁਲ, ਮਤਲਬ ਇਹ ਕਿ ਆਪਣੇ ਤਨ ਦੇ ਅੰਦਰ ਦੇਖ ਔਰ ਇੱਥੋਂ ਹੀ ਸਾਰਾ ਕੁਛ ਨਿਕਲਿਆ ਗਿਆ, ਇਹੋ ਹੀ ਉਹ ਕਹਿੰਦੇ ਸਨ। ਠੀਕ ਹੈ। ਅੱਛਾ, ਵਾਰਿਸ ਆ ਜਿਹੜਾ ਉਹਨੇ ਮਸਲਨ ਪੰਜ ਪੀਰ ਦੀ ਜਿਹੜੀ ਪੰਜ ਭਾਜਣੀ ਮੈਂ ਤੁਹਾਨੂੰ ਪੰਜ ਐਮ ਦੱਸੇ ਨੇ, ਵਾਰਿਸ ਆ ਨੇ ਪੰਜ ਪੀਰ ਉੱਥੋਂ ਲਏ ਔਰ ਫਿਰ ਉਹਨੇ ਜਦੋਂ ਉਹਨਾਂ ਨੂੰ ਸਿੰਬਲਿਜ਼ਮ ਦੱਸਿਆ ਤਾਂ ਉਹਨੇ ਕਿਹਾ ਜੀ ਇਹ ਪੰਜ ਪੀਰਾਂ ਦਾ ਮਤਲਬ ਪੰਜ ਆਵਾਸ ਨੇ, ਇਹ ਬਾਕਾਇਦਾ ਕਿਹਾ ਮੈਨੇ, ਇਹਦਾ ਮਤਲਬ ਹੈ ਕਿ ਉਹ ਉਸੇ ਗੱਲ ਹੋ ਗਈ, ਫਿਰ ਤਨ ਦੀ ਗੱਲ ਹੋ ਰਹੀ ਹੈ, ਫਿਰ ਉੱਥੋਂ ਹੀ ਆ ਰਿਹਾ। ਇਹੋ ਬੁੱਲੇ ਸ਼ਾਹ ਨੇ ਵੀ ਕੀਤਾ ਕਿ ਆਪਣੇ ਅੰਦਰ ਜਿਹੜੀ ਹੈ ਆਪਣੇ ਅੰਦਰ ਝਾਤੀ ਪਾਓ ਅਤੇ ਉਹ ਹੋਏਗਾ। ਅੱਛਾ, ਦਿਲਚਸਪ ਗੱਲ ਇਹ ਹੈਗੀ ਹੈ ਕਿ ਚੂੰਕਿ ਇਹ ਇਨਸਾਨੀ ਇਨਸਾਨ ਦੀ ਮਾਦਾ ਪ੍ਰਸਤੀ ਦੇ ਉੱਤੇ ਇਹਦਾ ਮੁੱਢ ਸੀ ਇਹ ਸਾਰੇ ਫਲਸਫੇ ਦਾ, ਇਸ ਵਾਸਤੇ ਜਿਹੜੀ ਸਾਇੰਸ ਨਿਕਲੀ ਉਹ ਵੀ ਇਹਦੇ 'ਚੋਂ ਨਿਕਲੀ, ਕਿਉਂਕਿ ਜ਼ਰੂਰਤ ਵੀ ਸੀ ਨਾ ਉਹਦੇ ਮੁਤਾਬਿਕ ਉਹ ਤਨ ਨੂੰ ਠੀਕ ਰੱਖਣ ਲਈ। ਔਰ ਮਤਲਬ ਜੇ ਤਾਂ ਤੁਸੀਂ ਗੈਰ ਮਰੀ ਤਾਕਤ ਦੇ ਉੱਤੇ ਛੱਡਤਾ ਸਭ ਕੁਛ ਤਾਂ ਤੁਸੀਂ ਕੁਛ ਨਹੀਂ ਕਰੋਗੇ, ਅਤੇ ਜੇ ਤੁਸੀਂ ਇਹ ਕਿਹਾ ਜੀ ਤਨ ਦੇ ਅੰਦਰ ਸਰ ਤਾਂ ਫਿਰ ਤਨ ਦੇ ਉੱਤੇ ਗੌਰ ਕਰਨਾ ਪਏਗਾ ਨਾ, ਇਸ ਵਾਸਤੇ ਇਲਮੇ ਕੀਮੀਆਂ ਵੀ ਉਹਦੇ 'ਚੋਂ ਨਿਕਲਿਆ। ਠੀਕ ਹੈ। ਔਰ ਇਹ ਹੈ ਕਿ ਚੂੰਕਿ ਇਹ ਜਿਹੜਾ ਹੜੱਪਾ ਦੀ ਤਹਿਜ਼ੀਬ ਦਾ ਜਿਹੜਾ ਤੰਤਰਵਾਦ ਔਰ ਸੰਖਿਆ ਦਾ ਫਲਸਫਾ ਸੀ ਇਹ ਚੂੰਕਿ ਥੱਲੜੇ ਤਬਕਿਆਂ 'ਚ ਸੀ, ਕਿਉਂਕਿ ਉੱਤੇ ਤਾਂ ਆਰੀਆ ਆ ਗਏ, ਇਹ ਥੱਲੜਿਆਂ 'ਚ ਸੀ, ਲਿਹਾਜ਼ਾ ਜਿੰਨੀਆਂ ਚੀਜ਼ਾਂ ਦੇ ਬਣਾਉਣ ਦੇ ਵਿੱਚ ਜਿਹੜੀ ਫਰਕ ਆਇਆ ਜਿਹੜੀ ਟੈਕਨੋਲੋਜੀ 'ਚ ਤਰੱਕੀ ਹੋਈ, ਹਾਂ ਠੀਕ ਹੈ, ਜਿਹੜੀ ਟੈਕਨੋਲੋਜੀ 'ਚ ਤਰੱਕੀ ਹੋਈ ਉਹ ਵੀ ਇਹਨਾਂ ਨੇ ਕੀਤੀ। ਠੀਕ ਹੈ। ਕਿਉਂਕਿ ਜਿਹੜਾ ਇੱਕ ਸਪੈਕੂਲੇਟਿਵ ਬੰਦਾ ਬੈਠਾ ਹੈ ਸਿਰਫ ਸੋਚ ਰਿਹਾ ਹੈ ਉਹ ਤਾਂ ਨਹੀਂ ਕਰ ਸਕਦਾ ਨਾ, ਜੇ ਅਗਰ ਲੋਹੇ ਦੀ ਕੋਈ ਚੀਜ਼ ਬਿਹਤਰ ਹੋਣੀ ਹੈ ਤਾਂ ਲੁਹਾਰ ਨਹੀਂ ਬਣਾਉਣੀ ਹੈ, ਜੇ ਕੋਈ ਕੱਪੜਾ ਚੰਗਾ ਹੋਣਾ ਜਾਣਾ ਤਾਂ ਜਾਂ ਉਹ ਔਰਤਾਂ ਦੀ ਇਜਾਜ਼ ਹੋਏਗੀ ਜਾਂ ਉਹ ਆਪਣਾ ਉਹਦੀ ਹੋਏਗੀ ਜੁਲਾਏ ਦੀ ਇਜਾਜ਼ ਹੋਏਗੀ। ਠੀਕ ਹੈ ਨਾ। ਸੋ ਮਤਲਬ ਜਿਹੜੇ ਕੰਮ ਕਰਦੇ ਨੇ ਉਹਨਾਂ ਨੇ ਇਜਾਜ਼ ਕਰਨ, ਇਸ ਵਾਸਤੇ ਜਿਹੜੀ ਟੈਕਨੋਲੋਜੀ ਹੈ ਇਹ ਵੀ ਉਹਨਾਂ ਲੋਕਾਂ ਨੇ। ਸੋ ਉਹ ਇਸ ਪੱਖ ਨਾਲ ਜਿਹੜੇ ਡਰੈਵਿਡੀਅਨਸ ਨੇ ਉਹ ਬਹੁਤ ਜ਼ਿਆਦਾ ਐਡਵਾਂਸਡ ਵੀ ਸਨ ਜੀ, ਹੈ ਨਾ, ਉਹਨਾਂ ਨੇ ਕੀਮੀਆ ਦਾ ਵੀ ਕਰ ਲਿਆ, ਫਿਰ ਐਗਰੇਰੀਅਨ ਜਿਹੜੀ ਸੁਸਾਇਟੀ ਜੋ ਡਿਵੈਲਪਡ ਹੈ ਜਾਂ ਡਿਵੈਲਪ ਹੋ ਰਹੀ ਹੈ ਉਹਦੇ 'ਚ ਜਿਹੜੀ ਤਬਦੀਲੀਆਂ ਆ ਰਹੀਆਂ ਨੇ ਉਹ ਵੀ ਉਹ ਲੈ ਕੇ ਆ ਰਹੇ ਨੇ, ਹਾਲਾਂਕਿ ਉਹ ਥੱਲੜੇ ਕਲਾਸ ਦੇ ਨੇ ਲੇਕਿਨ ਹੈ ਕਿ ਉਹ ਉਸ ਤਰੱਕੀ ਦਾ ਹਿੱਸਾ ਹੈ ਨੇ, ਉਹ ਤਰੱਕੀ ਅਸਲ ਦੇ ਵਿੱਚ ਹੋਈ ਉਹਨਾਂ ਤੋਂ ਰਹੀ ਹੈ, ਉਹਨਾਂ ਤੋਂ ਹੋ ਰਹੀ ਹੈ। ਠੀਕ ਹੈ। ਗੱਲ ਇਹ ਹੈ ਕਿ ਤਰੱਕੀ ਅਸਲ 'ਚ ਹੋਈ ਉਹਨਾਂ ਤੋਂ, ਉਹ ਜਿਹੜੇ ਨੇ ਉਹ ਜਿਹੜੇ ਮੈਥਡਸ ਆਫ ਪ੍ਰੋਡਕਸ਼ਨ ਨੇ ਉਹਨਾਂ ਨੂੰ ਤਬਦੀਲ ਕਰਨ ਦੇ ਵਿੱਚ ਉਹ ਹੀ ਅੱਗੇ ਨੇ। ਅੱਛਾ, ਫਿਰ ਇੱਕ ਹੋਰ ਗੱਲ ਹੈ ਜਿਹੜਾ ਫਰਕ ਹੈ ਬਹੁਤ ਵੱਡਾ ਜਿਹਨੂੰ ਜਿੱਤੇ ਗੌਰ ਕਰਨਾ ਚਾਹੀਦਾ, ਉਹ ਇਹ ਹੈਗਾ ਕਿ ਜਿਹੜੀ ਜ਼ਰਾਤ ਆ ਇਹ ਔਰਤਾਂ ਦੀ ਇਜਾਦ ਸੀ, ਉਹ ਇਸ ਔਰਤਾਂ ਦੀ ਇਜਾਦ ਸੀ ਉਹ, ਕਿਉਂਕਿ ਸ਼ੁਰੂ ਵਿੱਚ ਜਿਹੜੇ ਜੰਗਲੀ ਬੀਜ ਨੇ ਉਹਨਾਂ ਨੂੰ ਡੋਮੈਸਟੀਕੇਟ ਔਰਤਾਂ ਨੇ ਕੀਤਾ, ਬੰਦੇ ਤੇ ਹੰਟਿੰਗ ਤੇ ਜਾਂਦੇ ਸਨ, ਉਹ ਚਲੇ ਗਏ ਔਰ ਪਿੱਛੇ ਉਹ ਚਲੇ ਗਏ, ਇਹ ਜਿਹੜੀ ਇਹਨਾਂ ਨੇ ਆਪਣੇ ਘਰਾਂ ਦੇ ਲਾਗੇ ਜਿੱਥੇ ਲਾਗੇ ਇਹਨਾਂ ਨੇ ਮੁਖਤਲਿਫ ਤਰ੍ਹਾਂ ਦੇ ਬੀਜ ਬੀਜਣੇ ਸ਼ੁਰੂ ਕਰ ਦਿੱਤੇ ਔਰ ਇਹ ਆਪਣਾ ਖੇਤੀਬਾੜੀ ਸ਼ੁਰੂ ਹੋ ਗਈ। ਇਸ ਵਾਸਤੇ ਕਿਉਂਕਿ ਇਹ ਔਰਤਾਂ ਦੀ ਇਜਾਦ ਸੀ, ਇਸ ਵਾਸਤੇ ਹੜੱਪਾ ਦੀ ਜਿਹੜੀ ਤਹਿਜ਼ੀਬ ਹੈ ਉਹਦੇ 'ਚ ਔਰਤ ਜਿਹੜੀ ਹੈ ਉਹਦੀ ਅਪਰ ਹੈਂਡ ਸੀ, ਕੰਟਰੀਬਿਊਟ ਕਰ ਰਹੀ ਹੈ, ਕੰਟਰੀਬਿਊਟ ਕਰ ਰਹੀ ਹੈ ਨਾ, ਬਲਕਿ ਬੁਨਿਆਦ ਰੱਖ ਰਹੀ ਹੈ। ਲੇਕਿਨ ਜਿਹੜੇ ਆਰੀਆ ਆਏ ਸਨ ਉਹ ਕਿਉਂਕਿ ਪੈਸਟਲ ਸਨ, ਉਹ ਮਰਦਾਂ ਦੇ ਕੰਮ ਹੈ ਸਾਰਾ, ਉਹ ਮਰਦਾਂ ਦਾ ਕੰਮ ਹੈ ਸਾਰਾ, ਇਸ ਵਾਸਤੇ ਉਹਦੇ 'ਚ ਮਰਦਾਂ ਦਾ ਅਪਰ ਹੈਂਡ ਸੀ, ਅਤੇ ਇਹ ਇੱਕ ਬਹੁਤ ਵੱਡਾ ਫਰਕ ਹੈ ਦੋਵਾਂ ਦੇ ਵਿੱਚ।
ਔਰ ਇਹ ਫਰਕ ਹੁਣ ਤੱਕ ਜਿਹੜਾ ਹੈ ਉਹ ਮੌਜੂਦ ਹੈ ਕਿ ਜਿਹੜੀਆਂ ਥੱਲੜੇ ਤਬਕੇ ਦੇ ਲੋਕ ਨੇ, ਥੱਲੜੀਆਂ ਤਬਕੇ ਦੀਆਂ ਜਾਤਾਂ ਨੇ, ਉਹਨਾਂ ਵਿੱਚ ਔਰਤ ਨੂੰ ਆਜ਼ਾਦੀ ਕਦਰੇ ਜ਼ਿਆਦਾ ਹੈ ਕਿਉਂਕਿ ਉਹਨਾਂ ਦੀ ਇੱਕ ਟ੍ਰੈਡੀਸ਼ਨ ਚਲੀ ਆ ਰਹੀ ਹੈ, ਕਿਉਂਕਿ ਉਹਨੇ ਕੰਟਰੀਬਿਊਟ ਕਰਨਾ ਇਕਨੋਮਿਕਲੀ, ਮਟੀਰੀਅਲਿਸਟਿਕਲੀ ਔਰ ਉਹਨੂੰ ਐਡਵਾਂਸ ਕਰਨਾ ਹੈ। ਦੇਖੋ ਤੁਸੀਂ ਉਸ ਟ੍ਰੈਡੀਸ਼ਨ ਨੂੰ ਦੇਖੋ ਕਿ ਜਿਹੜੀ ਔਰਤ ਹੈ ਉਹ ਉਹ ਹੀ ਦੇਵੀ ਸੀ ਹੜੱਪਾ ਤਹਿਜ਼ੀਬ 'ਚ, ਠੀਕ ਹੈ, ਉਹ ਹੀ ਸਪਿਰਚੁਅਲਿਸਟ ਸਪਿਰਚੁਅਲ ਲੀਡਰ ਸੀ, ਪ੍ਰੋਡਿਊਸ ਕਰ ਰਹੀ ਹੈ ਨਾ, ਪ੍ਰੋਡਿਊਸ ਕਰ ਰਹੀ ਹੈ, ਸਪਿਰਚੁਅਲ ਲੀਡਰ ਵੀ ਹੋਈ ਸੀ, ਦੇਵੀਆਂ ਵੀ ਹੋਈ ਸਨ, ਠੀਕ ਹੈ। ਇਸ ਵਾਸਤੇ ਦੇਖੋ ਕਿ ਤੁਸੀਂ ਜਦੋਂ ਸੂਫੀ ਸ਼ਾਇਰੀ ਸ਼ੁਰੂ ਹੁੰਦੀ ਹੈ ਸਾਡੀ 11ਵੀਂ ਸਦੀ ਤੋਂ ਪੰਜਾਬੀ ਦੀ, ਮਤਲਬ ਇਹ ਸਾਰਾ ਕੁਛ ਪੰਜਾਬ ਜਿਹੜਾ ਅਸੀਂ ਗੱਲਾਂ ਕਰ ਰਹੇ ਹਾਂ ਇਹ ਸਾਰਾ ਕੁਛ ਬੇਸਿਕਲੀ ਪੰਜਾਬ 'ਚ ਹੋ ਰਿਹਾ, ਇਹ ਅਸੀਂ ਕੋਈ ਉਤਰੇ ਜਾਣ ਦੀਆਂ ਗੱਲਾਂ ਨਹੀਂ ਕਰ ਰਹੇ। ਅਤੇ ਪੰਜਾਬੀ ਜਿਹੜੀ ਸ਼ਾਇਰੀ ਜਦੋਂ ਸ਼ੁਰੂ ਹੋਈ, ਪੰਜਾਬੀ ਕਲਾਸੀਕਲ ਸ਼ਾਇਰੀ ਜਿਹੜੀ ਜਿੱਥੋਂ ਸ਼ੁਰੂ ਹੋਈ 11ਵੀਂ ਸਦੀ ਤੋਂ ਲੈ ਕੇ ਹੁਣ ਤੱਕ, ਉਹਦੇ 'ਚ ਤਕਰੀਬਨ ਸਾਰੇ ਸ਼ਹਿਰ ਆਪਣੇ ਆਪ ਨੂੰ ਔਰਤ ਦੇ ਤੌਰ 'ਤੇ ਪੇਸ਼ ਕਰਦੇ ਨੇ, ਠੀਕ, ਨੱਚ ਕੇ ਯਾਰ ਬਣਾਉਣ ਦੀ ਨਹੀਂ, ਮਤਲਬ ਇਹ ਕਿ ਬਾਬਾ ਫਰੀਦ ਵੀ ਜਿਹੜਾ ਉਹ ਕਹਿੰਦਾ ਕਿ ਮੈਂ ਵਿਆਹੀ ਗਈ ਅਤੇ ਮੈਂ ਮੇਰੇ ਨਾਲ ਮੈਂ ਸੁਹਾਗਣ ਹੋ ਗਈ ਅਤੇ ਮੈਂ ਇਹ ਹੋ ਗਿਆ, ਅਤੇ ਮੈਂ ਸ਼ਾਹ ਹੁਸੈਨ ਵੀ ਆਪਣੇ ਆਪ ਨੂੰ ਬਤੌਰ ਉਹ ਤਾਂ ਬਹੁਤ ਹੀ ਜ਼ਿਆਦਾ ਆਪਣੇ ਆਪ ਨੂੰ ਬਤੌਰ ਔਰਤ ਦੇ ਪੇਸ਼ ਕਰਦਾ ਹੈ, ਔਰ ਫਿਰ ਬੁੱਲੇ ਸ਼ਾਹ ਵੀ ਉਂਝੀ ਕਰਦਾ ਹੈ। ਸੋ ਇਹ ਟ੍ਰੈਡੀਸ਼ਨ ਵੀ ਜਿਹੜੀ ਹੈ ਇਹ ਉੱਥੋਂ ਆਈ ਹੈ, ਵੈਰੀ ਇੰਟਰਸਟਿੰਗ, ਹਾਂਜੀ, ਇਹ ਟ੍ਰੈਡੀਸ਼ਨ ਵੀ ਜਿਹੜੀ ਹੈ ਇਹ ਉੱਥੋਂ ਆਈ, ਇਹਦਾ ਜੋੜ ਉੱਥੇ ਜਾ ਕੇ ਕੰਟੀਨਿਊਟੀ ਦੇ ਵਿੱਚ ਜੁੜਦਾ। ਅਤੇ ਮਤਲਬ ਕਹਿਣ ਦਾ ਇਹ ਹੈਗਾ ਕਿ ਜਿਹੜੀ ਆਰਿਆਵਾਂ ਦੀ ਜਿਹੜੀ ਡਿਵੈਲਪਮੈਂਟ ਹੋਈ ਉਹ ਜਿਹੜੀ ਹੈ ਉਹ ਆਪਣੇ ਤਰੀਕੇ ਦੇ ਨਾਲ ਹੋਈ, ਠੀਕ ਹੈ, ਲੇਕਿਨ ਚੂੰਕਿ ਫਿਰ ਉਹ ਵੀ ਜ਼ਰਾਤ ਵੱਲ ਆ ਗਏ, ਉਹ ਵੀ ਤਾਂ ਜ਼ਰਾਤ ਵੱਲ ਆ ਗਏ ਨਾ, ਲਾਦਾ ਉਹਨਾਂ ਦੇ ਜਿਹੜੇ ਜਿਹੜੀ 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 ਉਹਨਾਂ ਦੀ ਸ਼ੁਰੂ ਦੀ ਜਿਹੜੀ ਨਜ਼ਰੀਆਤ ਸਨ ਉਹਨਾਂ ਵਿੱਚ ਇਹਨਾਂ ਦੇ ਨਜ਼ਰੀਆਤ ਵੀ ਜਿਹੜੇ ਨੇ ਆਉਣਾ ਸ਼ੁਰੂ ਹੋ ਗਏ। ਲੇਕਿਨ ਜ਼ਿਆਦਾਤਰ ਜਿਹੜੇ ਜਿਹੜੀ ਹਿੰਦੂਇਜ਼ਮ ਦੀ ਜਿਹੜੀ ਬ੍ਰਹਮਣਵਾਦ ਹੈ ਉਹ ਉਹਨਾਂ ਦੀ ਬੈਕਗਰਾਊਂਡ ਦੀ ਵਜ੍ਹਾ ਤੋਂ, ਜਿਹੜੀ ਉਹ ਪਸ਼ੂਪਾਲ ਬੈਕਗਰਾਊਂਡ ਸੀ ਉਹਦੀ ਵਜ੍ਹਾ ਤੋਂ ਬ੍ਰਹਮਣਵਾਦ ਜਿਹੜਾ ਹੈ, ਅੱਛਾ ਅੱਛਾ ਅੱਛਾ, ਉਹ ਉਸ ਤੋਂ ਆਇਆ, ਹਾਂਜੀ, ਇਸ ਲਈ ਉਹਦੇ ਚਾਹੁੰਦਾ ਹੈ ਕਿ ਮਾਸ ਮੱਛੀ ਨਹੀਂ ਖਾਣੀ ਅਤੇ ਉਹ ਨਹੀਂ ਕਰਨਾ, ਬਿਲਕੁਲ ਅਵੋਇਡੈਂਸ ਹੈ, ਬਿਲਕੁਲ ਬਿਲਕੁਲ। ਲੇਕਿਨ ਦੇਖੋ ਨਾ ਤੁਸੀਂ ਕਿ ਸਾਊਥ ਦੇ ਵਿੱਚ ਚਲੇ ਜਾਓ ਹੁਣ ਤੁਸੀਂ, ਅਤੇ ਸਾਊਥ ਦੇ ਵਿੱਚ ਜਿਹੜੀ ਆ ਉਹ ਮਾਸ ਖਾਧਾ ਜਾਂਦਾ, ਹਾਂਜੀ। ਅੱਛਾ ਇੱਕ ਹੋਰ ਤੁਹਾਨੂੰ ਦਿਲਚਸਪ ਗੱਲ ਦੱਸਾਂ ਕਿ ਇਹ ਜਿਹੜੀ ਹੈ ਨਾ, ਮਸਲਨ ਮਿਸਾਲ ਦੇ ਤੌਰ ਦੇ ਉੱਤੇ ਰਿਸ਼ਤੇਦਾਰੀਆਂ ਜਿਹੜੀਆਂ ਸਾਡੀਆਂ ਮਤਲਬ ਕਦਰਾਂ ਨਾਲ ਸ਼ਾਦੀਆਂ ਹੁੰਦੀਆਂ ਨੇ, ਇਹ ਹੁਣ ਦੀ ਗੱਲ ਨਹੀਂ ਹੈ, ਸਾਊਥ ਦੇ ਵਿੱਚ ਅਜੇ ਵੀ ਹੁੰਦੀਆਂ ਨੇ ਜਿੱਥੇ ਡਰਾਵਿਡੀਅਨ ਹੁੰਦੇ ਨੇ, ਮਾਮੇ ਦੀ ਧੀ ਨਾਲ ਫੁੱਫੀ ਦੀ ਧੀ ਨਾਲ ਸ਼ਾਦੀ ਜਿਹੜੀ ਹੈ ਉਹ ਬਿਲਕੁਲ ਬਹੁਤ ਸਾਰੀਆਂ ਥਾਵਾਂ 'ਤੇ ਜਾਇਜ਼ ਹੈ, ਓਕੇ, ਠੀਕ ਹੈ। ਲੇਕਿਨ ਜਿਹੜੇ ਬ੍ਰਹਮਣਵਾਦ ਦੇ ਤਹਿਤ ਆਏ ਉਹਨਾਂ ਨੇ ਉਹਨੂੰ ਉਹਨਾਂ ਉਹਦੇ ਉੱਤੇ ਰੋਕ ਲਾ ਦਿੱਤੀ, ਉਹ ਕਿਉਂ, ਬਸ ਉਹ ਜੋ ਵੀ ਉਹਦੀ ਵਜੂਹਾਤ ਸਨ ਅਸੀਂ ਉਹਦੇ ਵਿੱਚ ਡਿਟੇਲ ਵਿੱਚ ਉੱਤੇ ਨਹੀਂ ਜਾਂਦੇ, ਲੇਕਿਨ ਇਹ ਹੈ ਕਿ ਉਹ ਸਮਝਦੇ ਸਨ ਕਿ ਇਹ ਇੱਕ, ਹਾਂ, ਇਹ ਜਿਹੜੀ ਰਲਤ ਹੋਈ ਹੈ ਦੋਨਾਂ ਦੀ ਫਿਰ ਅਗਰ ਕਿਸੇ ਪੁਆਇੰਟ 'ਤੇ ਹੋਈ ਹੈ, ਲੇਕਿਨ ਵਿੱਚ ਜਿਹੜੀ ਇੱਕ ਜ਼ਮਾਨੇ ਤੱਕ ਔਰ ਅੰਟਿਲ ਰੀਸੈਂਟਲੀ ਹੁੰਦਾ ਸੀ ਕਿ ਵਿਆਹ ਵਗੈਰਾ ਹੋਇਆ ਅਤੇ ਉਹ ਪ੍ਰੋਪਰਟੀ ਜਿਹੜੀ ਤੁਹਾਡੀ ਸਮਝੀ ਜਾਂਦੀ ਸੀ ਉਹ ਪਸ਼ੂ ਸਮਝੇ ਜਾਂਦੇ ਸਨ ਨਾ, ਹਾਂਜੀ ਬਿਲਕੁਲ, ਵੀ ਮੱਝਾਂ ਨੇ ਜੀ ਉਹ ਦਿੱਤੀਆਂ ਨੇ ਜੀ, ਨਹੀਂ ਜੀ, ਸਾਡੇ ਮੇਰੇ ਜ਼ਮਾਨੇ ਤੱਕ ਜਿਹੜੀ ਆਪਣਾ ਮੱਝਾਂ ਗਾਵਾਂ ਅਤੇ ਢੱਗੇ ਨੇ ਉਹਨਾਂ ਨੂੰ ਕਿਹਾ ਜਾਂਦਾ ਸੀ ਮਾਲ, ਹਾਂ, ਵੈਲਥ, ਸੋ ਮਾਲ ਤੁਹਾਡਾ ਉਹ ਸੀ ਅਸਲ ਦੇ ਵਿੱਚ, ਇੱਕ ਜ਼ਮੀਨ ਇੱਕ ਇੱਕ ਇਹ ਹਾਲਾਂ ਇਹ ਵਾਈ ਪੀ ਜੀ ਵਾਲਾ ਸਮਾਜ ਆ ਗਿਆ ਸੀ, ਲੇਕਿਨ ਪਸ਼ੂ ਜਿਹੜੇ ਸਨ ਉਹ ਜੇ ਮਾਲ ਉਹਨਾਂ ਨੂੰ ਨਹੀਂ ਸਮਝਿਆ ਜਾਂਦਾ, ਹਾਂਜੀ, ਕਿਉਂਕਿ ਜਦੋਂ ਪ੍ਰੋਪਰਟੀ ਤੁਸੀਂ ਆਪਣੀ ਜ਼ਮੀਨ ਨੂੰ ਸਮਝਣਾ ਸ਼ੁਰੂ ਕਰਤਾ ਤਾਂ ਉਹਦੇ 'ਚੋਂ ਫਿਰ ਲੱਗਦਾ ਹੈ ਕਿ ਫਿਊਡਲਿਜ਼ਮ ਜਾਂ ਉਹ ਸ਼ੁਰੂ ਹੋ, ਨਹੀਂ, ਫਿਊਡਲਿਜ਼ਮ ਜਿਹੜਾ ਉਹ ਇੱਕ ਵੱਖਰੀ ਬਹਿਸ ਹੈ ਜਿਹੜੀ ਅਸੀਂ ਅੱਗੇ ਜਾ ਕੇ ਕਰਾਂਗੇ, ਉਹ ਬਹੁਤ ਬਾਅਦ 'ਚ ਸ਼ੁਰੂ ਹੋਇਆ, ਠੀਕ ਹੈ, ਲੇਕਿਨ ਇਹ ਹੈ ਕਿ ਅਜੇ ਅਸੀਂ ਇੱਥੇ ਰਹੀਏ, ਨਹੀਂ ਮੈਂ ਤਾਂ ਰੈਫਰੈਂਸ ਮੈਂ ਉਸ ਤਰ੍ਹਾਂ ਕਿ ਜੀ ਮਾਲ ਫਿਰ ਮਾਲ ਫਿਰ ਪਸ਼ੂ ਨੂੰ ਹੀ ਕਿਉਂ ਮਾਲ, ਕਿਉਂਕਿ ਆਰੀਅਨਸ ਦਾ ਫਿਰ ਉਹਦੇ 'ਚ ਔਰਤ ਦਾ ਜਿਹੜਾ ਸਟੇਟਸ ਹੈ ਉਹਦੇ 'ਚ, ਮੈਂ ਉਸ ਰੈਫਰੈਂਸ ਨਾਲ ਉਹਨੂੰ ਜਾਣਨਾ ਚਾਹ ਰਿਹਾ ਸਾਂ, ਹਾਂ, ਕਿ ਇਹ ਕਿਉਂ ਫਿਰ ਡਿਫਰੈਂਸ ਹੈ ਔਰ ਹਾਲੇ ਤੱਕ ਨਹੀਂ। ਦੇਖੋ ਨਾ ਜਿਹੜਾ ਜਿਹੜਾ ਜਿਹੜੇ 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 ਉਹ ਮੁਖਤਲਿਫ ਸਫ਼ਰ ਨੇ ਨਾ, ਮਿਸਾਲ ਦੇ ਤੌਰ 'ਤੇ ਜਿਹੜੇ ਹੜੱਪਾ ਦੇ ਲੋਕ ਨੇ ਉਹਨਾਂ ਵਿੱਚ ਔਰਤ ਮਾਲ 'ਚ ਸ਼ਾਮਿਲ ਨਹੀਂ ਹੈ, ਠੀਕ, ਲੇਕਿਨ ਜਿਹੜੇ ਜਿਹੜੇ ਆਪਣਾ ਦੂਜੇ ਪਾਸੇ ਆਏ
ਆਪਣਾ ਪਸ਼ੂ ਪਾਲ ਜਿਹੜੇ ਸਨ ਉਹਨਾਂ 'ਚ ਔਰਤ ਦੀ ਹੈਸੀਅਤ ਕੋਈ ਨਹੀਂ ਸੀ, ਉਹ ਵੀ ਇੰਝ ਸੀ ਜਿਵੇਂ ਬਾਕੀ ਮਾਲ ਸੀ। ਲੇਕਿਨ ਇਹ ਹੈ ਕਿ ਇਹ ਅਜੀਬੋ ਗਰੀਬ ਗੱਲ ਹੈ ਕਿ ਫਿਰ ਉਹ ਜਿਹੜੀਆਂ ਕਬੀਲੇ ਮਤਲਬ ਜਿਹੜੇ ਸਨ ਆਰੀਆ, ਉਹ ਵੀ ਤਾਂ ਕਬੀਲੇ ਦੇ ਸਿਸਟਮ ਤੋਂ ਹੀ ਨਿਕਲੇ ਸਨ ਨਾ, ਉਹ ਕਿਹੜੇ ਕੋਈ ਉੱਤੋਂ ਆ ਗਏ ਸਨ, ਜਿਵੇਂ ਜਿਹੜੇ ਹੜੱਪਾ ਵਾਲੇ ਨੇ ਕਬੀਲਿਆਂ ਤੋਂ ਬਣੇ ਸਨ ਉਹ ਵੀ ਬਣਿਆ ਸਨ। ਲਾਜ਼ਮ ਉਹਨਾਂ ਦੀਆਂ ਉਹ ਜਿਹੜੀਆਂ ਵਾਲੀਆਂ ਜਿਹੜੀਆਂ ਸਨ ਬਹੁਤ ਸਾਰੀਆਂ ਖਸੂਸੀਆਤ ਉਹ ਜਿਹੜੀਆਂ ਨੇ ਉਹ ਦੋਵਾਂ 'ਚ ਬਹੁਤ ਥਾਵਾਂ 'ਤੇ ਰਲਦੀਆਂ ਵੀ ਨੇ। ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਇਹ ਦੇਖੋ ਕਿ ਜੀ ਇੱਕ ਔਰਤ ਦਾ ਪੋਲੀਐਂਡਰੀ ਜਿਹਨੂੰ ਕਹਿੰਦੇ ਨੇ, ਇੱਕ ਔਰਤ ਦਾ ਮੁਖਤਲਿਫ ਇੱਕ ਹੀ ਔਰਤ ਦਾ ਕਈਆਂ ਬੰਦਿਆਂ ਨਾਲ ਵਿਆਹ ਹੋਣਾ। ਮਹਾਂਭਾਰਤ ਦੇ ਵਿੱਚ ਜਿਹੜੀ ਦ੍ਰੋਪਦੀ ਹੈ ਉਹਦਾ ਪੰਜਾਂ ਭਰਾਵਾਂ ਨਾਲ ਵਿਆਹ ਹੁੰਦਾ ਹੈ ਪਾਂਡੂਆਂ ਨਾਲ। ਹੁਣ ਵੀ ਈਸਟ ਪੰਜਾਬ ਦੇ ਵਿੱਚ ਐਸੇ ਪਿੰਡ ਨੇ ਬਹੁਤ ਸਾਰੇ ਜਿੱਥੇ ਸਾਰੇ ਭਰਾ ਇੱਕ ਹੀ ਔਰਤ ਨਾਲ ਵਿਆਹ ਕਰਦੇ ਨੇ, ਇੱਕ ਭਰਾ ਨਾਲ ਸਾਰੇ ਇੱਕ ਔਰਤ ਨਾਲ ਸਾਰੇ ਭਰਾਵਾਂ ਦਾ ਵਿਆਹ ਹੁੰਦਾ। ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਇਹ ਟਾਈਮਸ ਆਫ ਇੰਡੀਆ ਔਰ ਇਹਦੇ 'ਚ ਰੀਸੈਂਟਲੀ ਇਹ ਰਿਪੋਰਟਿੰਗ ਹੋਈ ਹੈ। ਠੀਕ, ਸੋ ਮਤਲਬ ਇਹ ਚੱਲ ਰਿਹਾ ਸੀਗਾ। ਠੀਕ ਹੈ, ਅੱਛਾ, ਅਗਰ ਇਸ ਤਰ੍ਹਾਂ ਡਿਵੀਜ਼ਨ ਹੈ ਸੀ ਉੱਤੇ ਵੀ ਔਰ ਫਿਰ ਥੱਲੇ ਵੀ, ਅਤੇ ਫਿਰ ਉਸ ਸੋਸਾਇਟੀ ਵਿੱਚ ਇੱਕ ਪਸ਼ੂ ਪਾਲ ਔਰ ਫਿਰ ਥੱਲੇ ਡਿਵੀਡੀਅਨਸ ਦਾ ਆਪਣਾ ਐਗਰੇਰੀਅਨ ਜਿਹੜਾ ਚੱਲ ਰਿਹਾ, ਉਹਦੀ ਫਿਰ ਹਕੂਮਤ ਕੌਣ ਕਰ ਰਿਹਾ? ਫਿਰ ਕੌਣ ਨੇ ਉਹ ਜਿਹੜੀ ਕਲਾਸਿਸ ਬਣਦੀਆਂ ਨੇ ਇੱਕ ਰੂਲਰ ਦੀਆਂ ਔਰ ਫਿਰ ਥੱਲੇ ਹੁਣ ਜਿਹਨੂੰ ਅਸੀਂ ਬਰੋਕਰੇਸੀ ਜਾਂ ਨੌਕਰਸ਼ਾਹੀ ਕਹਿੰਦੇ ਹਾਂ, ਤਾਂ ਉਹ ਡਿਵੀਜ਼ਨਸ ਫਿਰ ਅੱਗੇ ਉਹ ਦੇਖੋ ਜੀ ਉਹਦੇ ਵਿੱਚ ਉਹਦੇ ਸਨ। ਹਾਂਜੀ, ਉਹ ਇਹ ਹੈ ਕਿ ਕਿਉਂਕਿ ਜਿਹੜੀ ਹੜੱਪਾ ਦੀ ਤਹਿਜ਼ੀਬ ਹੈ, ਹੜੱਪਾ ਦੀ ਤਹਿਜ਼ੀਬ ਕਿਉਂਕਿ ਟ੍ਰਾਈਬਲ ਸਿਸਟਮ ਤੋਂ ਐਗਰੀਕਲਚਰ ਦੇ ਮੈਦਾਨ 'ਚ ਆ ਚੁੱਕੀ ਸੀ, ਲੇਕਿਨ ਅਜੇ ਪੂਰੀ ਤਰ੍ਹਾਂ ਜਿਹੜਾ ਟ੍ਰਾਈਬਲਿਜ਼ਮ ਹੈ ਉਹ ਖਤਮ ਨਹੀਂ ਸੀ ਹੋਇਆ। ਉਹਨੇ ਇੱਕ ਫਿਤਰੀ ਤਰੀਕੇ ਦੇ ਨਾਲ ਹੌਲੀ ਹੌਲੀ ਕਈਆਂ ਸਦੀਆਂ 'ਚ ਖਤਮ ਹੋਣਾ ਸੀ। ਲੇਕਿਨ ਜਿਹੜੇ ਬਾਹਰੋਂ ਆਏ ਆਰੀਆ, ਉਹਨਾਂ ਨੇ ਆ ਕੇ ਉਹਨਾਂ ਦੀ ਜਿਹੜੀ ਨੈਚੁਰਲ ਗਰੋਥ ਸੀ ਹੜੱਪਾ ਤਹਿਜ਼ੀਬ ਵਾਲਿਆਂ ਦੀ, ਉਹਨੂੰ ਉਹਨਾਂ ਨੇ ਰੋਕ ਦਿੱਤਾ ਔਰ ਉਹ ਹਾਕਮ ਉਹ ਬਣ ਗਏ। ਬੇਸਿਕਲੀ ਉਹਨਾਂ ਨੇ ਉਹਨਾਂ ਨੂੰ ਥੱਲੇ ਲਾ ਲਿਆ। ਇਸ ਵਾਸਤੇ ਜਿਹੜੀ ਹਕੂਮਤ ਹੈ ਜਿਹੜੀ ਹੁੰਦੀ ਸੀ ਹਕੂਮਤ ਦੇ ਕਈ ਲੈਵਲ ਨੇ। ਹੁਣ ਜੇ ਅਗਰ ਤੁਸੀਂ ਪੰਜਾਬ ਦੀ ਜਿਹੜੀ ਦੇ ਉੱਤੇ ਕੰਕਰੀਟਲੀ ਅਸੀਂ ਆਈਏ ਤਾਂ ਪੰਜਾਬ ਦੇ ਵਿੱਚ ਦੇਖੋ ਕਈ ਲੈਵਲ ਨੇ। ਕਬਲ ਮਸੀਹ ਯਾਨੀ BC ਦੇ ਵਿੱਚ ਸਾਨੂੰ ਦਿਸਦਾ ਹੈ ਕਿ ਉੱਤੇ ਜਿਹੜੀ ਹੈ ਉਹ ਇਰਾਨੀ ਸਲਤਨਤ ਜਿਹੜੀ ਹੈ ਉਹਨਾਂ ਦੀ ਹਕੂਮਤ ਹੈ। ਮਿਸਾਲ ਦੇ ਤੌਰ ਦੇ ਉੱਤੇ ਆਪਣਾ ਜਿਹੜਾ 521 BC ਦੇ ਵਿੱਚ ਜਿਹੜਾ ਉਹ ਸ਼ਹਿਨਸ਼ਾਹ ਦਾਰਾ ਦੀ ਹਕੂਮਤ ਸੀ ਔਰ ਜਿਹੜੇ ਸਾਡੇ ਪੰਜਾਬ ਦੇ ਜਿਹੜੇ ਰਾਜੇ ਸਨ ਉਹਨੂੰ ਖਰਾਜ ਦਿੰਦੇ ਸਨ। ਫਿਰ ਉਸ ਤੋਂ ਬਾਅਦ ਨੌਸ਼ੇਰਵਾਂ ਆ ਗਿਆ, ਫਿਰ ਨੌਸ਼ੇਰਵਾਂ ਨੂੰ ਦਿੰਦੇ ਸਨ। ਫਿਰ ਸਿਕੰਦਰ ਨੇ 327 ਔਰ 325 BC ਦੇ ਦੌਰਾਨ ਕਬਲ ਮਸੀਹ ਦੇ ਦੌਰਾਨ ਜਦੋਂ ਹਮਲਾ ਕੀਤਾ ਤਾਂ ਉਹਨੇ ਉਹਨਾਂ ਦੀ ਜਿਹੜੀ ਬਾਦਸ਼ਾਹੀ ਸੀਗੀ ਉਹਨੂੰ ਮੁਕਾ ਦਿੱਤਾ। ਇਰਾਨੀਆਂ ਦੀ ਬਾਦਸ਼ਾਹੀ ਜਿਹੜੀ ਹੈ ਉਹ ਮੁੱਕ ਗਈ ਔਰ ਇਹ ਜਿਹੜੀ ਹੈ ਇਹ ਆਪਣਾ ਯੂਨਾਨੀਆਂ ਦੀ ਬਾਦਸ਼ਾਹੀ ਜਿਹੜੀ ਹੈ ਉਹ ਕਾਇਮ ਹੋ ਗਈ। ਠੀਕ, ਉਹਦੇ ਥੱਲੇ ਰਾਜੇ ਸਨ, ਇਹਨੀ ਮਤਲਬ ਇਹ ਹੈ ਕਿ ਜਿਹੜੇ ਇਰਾਨੀ ਆਪ ਤਾਂ ਨਹੀਂ ਸਨ ਹੈਗੇ, ਉਹ ਰਾਜਿਆਂ ਕੋਲੋਂ ਲੈਂਦੇ ਸਨ ਨਾ, ਥੱਲੇ ਉਹਦੇ ਰਾਜੇ ਸਨ। ਰਾਜੇ ਜਿਹੜੇ ਸਨ ਉਹਨਾਂ ਦੇ ਵਿੱਚ ਵੀ ਅਜੇ ਜ਼ਾਤ ਨਹੀਂ ਸੀ, ਜ਼ਾਤਾਂ ਬਰਾਦਰੀਆਂ ਅਜੇ ਓਨੀਆਂ ਪੱਕੀਆਂ ਨਹੀਂ ਸੀ ਹੋਈਆਂ। ਉਹ ਵੀ ਬੜੀ ਦਿਲਚਸਪ ਗੱਲ ਹੈ। ਮਿਸਾਲ ਦੇ ਤੌਰ 'ਤੇ ਉਸ ਵੇਲੇ ਜਿਹੜੀ ਨੰਦਾ ਜਿਹੜੀ ਮਗਧ ਜਿਹੜੀ ਜਿੱਥੇ ਜਾ ਕੇ ਹਿੰਦੂ ਮਤ ਔਰ ਬ੍ਰਹਮਣਵਾਦ ਜਿੱਥੇ ਬਣਿਆ ਬਾਅਦ ਦੇ ਵਿੱਚ, ਉਹ ਸੀ ਨਾ ਜੀ ਮਗਧ ਦੇ ਵਿੱਚ ਜਿਹਦਾ ਕਿ ਸੈਂਟਰ ਸੀਗਾ ਕੀ ਕਹਿੰਦੇ ਨੇ ਪਟਨਾ। ਠੀਕ ਹੈ ਜੀ, ਜਿਹੜੀ ਨੰਦਾ ਸ਼ਾਹੀ ਸੀਗੀ ਜਿਸ ਵੇਲੇ ਸਿਕੰਦਰ ਆਇਆ ਅਤੇ ਪੋਰਸ ਦੇ ਨਾਲ ਉਹਦੀ ਲੜਾਈ ਹੋਈ, ਜਦੋਂ ਪਹਿਲੇ ਤਾਂ ਇਹ ਗੱਲ ਇਹ ਹੈ ਕਿ ਜਿਹੜਾ ਟੈਕਸਲਾ ਜਿਹੜਾ ਸੀ ਇਹ ਬਹੁਤ ਵੱਡੀ ਇਹ ਵੀ ਰਾਜਗੜੀ ਸੀ, ਇਹਨਾਂ ਦੇ ਵੀ ਬੜਾ ਵੱਡਾ ਰਾਜ ਸੀ ਔਰ ਇਹ ਟੈਕਸਲਾ ਜਿਹੜਾ ਇਹਦਾ ਜਿਹੜਾ ਸੀ ਰਾਜਾ ਉਹਦਾ ਨਾਂ ਟੈਕਸਲਾ ਸੀ, ਇਸ ਵਾਸਤੇ ਉਹ ਟੈਕਸਲਾ ਉਹਨੂੰ ਕਹਿੰਦੇ ਨੇ।
ਉਹ ਸਿਕੰਦਰ ਦੇ ਅੱਗੇ ਉਹ ਸਿਕੰਦਰ ਨਾਲ ਮਿਲ ਗਿਆ ਔਰ ਸਿਕੰਦਰ ਨਾਲ ਮਿਲ ਕੇ ਅਤੇ ਫਿਰ ਉਹਨੇ ਉਹਦੀ ਜਿਹੜੀ ਦੁਸ਼ਮਣੀ ਸੀਗੀ ਪੋਰਸ ਨਾਲ ਉਹਨੇ ਪੋਰਸ ਦੇ ਉੱਤੇ ਹਮਲਾ ਕੀਤਾ ਠੀਕ ਪੋਰਸ ਹਾਰ ਗਿਆ ਬਾਕੀ ਕਹਾਣੀ ਤਾਂ ਲੋਕਾਂ ਨੇ ਸੁਣੀ ਹੈ ਕਿ ਉਹਨੇ ਪੋਰਸ ਨੇ ਕਿਹਾ ਕਿ ਉਹਨੇ ਸਿਕੰਦਰ ਨੇ ਪੁੱਛਿਆ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ ਉਹਨੇ ਕਿਹਾ ਜੋ ਬਾਦਸ਼ਾਹ ਬਾਦਸ਼ਾਹ ਅੱਛਾ ਪੋਰਸ ਨੇ ਉਹਨੂੰ ਦੱਸਿਆ ਸਿਕੰਦਰ ਨੂੰ ਕਿ ਜਿਹੜੀ ਨੰਦਾਸ਼ਾਹੀ ਹੈ ਆਪਣੀ ਉੱਥੇ ਮਗਧ ਦੇ ਵਿੱਚ ਉਹ ਜਿਹੜਾ ਉੱਥੋਂ ਦਾ ਜਿਹੜਾ ਰਾਜਾ ਹੈ ਉਹ ਨਾਈ ਦਾ ਪੁੱਤਰ ਹੈ ਠੀਕ ਉਹ ਨਾਈ ਦਾ ਪੁੱਤਰ ਹੈ ਔਰ ਉਹਦੇ ਖਿਲਾਫ਼ ਜਿਹੜੀ ਹੈ ਉਹ ਜ਼ਿਆਦਾਤਰ ਹਰਕਤ ਇਸ ਵਾਰ ਉਸ ਇਲਾਕੇ ਦੀ ਵੀ ਸੀ ਕਿ ਉਹ ਨਾਈ ਦਾ ਪੁੱਤਰ ਸੀ ਇਹਦਾ ਮਤਲਬ ਹੈ ਕਿ ਅਜੇ ਤੱਕ ਜ਼ਾਤ ਪਾਤ ਓਨੀ ਮਜ਼ਬੂਤ ਨਹੀਂ ਸੀ ਹੋਈ ਕਿ ਨਾਈ ਵੀ ਬਾਦਸ਼ਾਹ ਬਣ ਜਾਂਦਾ ਸੀ ਮਤਲਬ ਉਹ ਜਿਹੜਾ ਉਹ ਕਹਿੰਦੇ ਨੇ ਉਹਨੇ ਇੰਜ ਹੋਇਆ ਕਿ ਮਤਲਬ ਜਿਹੜੀ ਕਹਾਣੀ ਸੁਣਾਉਂਦੇ ਨੇ ਕਿ ਜੀ ਉਹਨੇ ਕਿਸੇ ਰਾਣੀ ਨੂੰ ਨਾਈ ਨੇ ਫਸਾ ਲਿਆ ਅਤੇ ਉਹ ਰਾਣੀ ਦੇ ਥਰੂ ਉਹਨੇ ਮਿਲ ਕੇ ਅਤੇ ਬਾਦਸ਼ਾਹ ਨੂੰ ਕਤਲ ਕਰਤਾ ਅਤੇ ਆਪ ਉਹ ਉਹਨੇ ਰਾਣੀ ਦੇ ਵਿੱਚੋਂ ਜਿਹੜਾ ਬੱਚਾ ਪੈਦਾ ਹੋਇਆ ਉਹ ਜਿਹੜਾ ਉਹਨੇ ਹਕੂਮਤ ਕਾਇਮ ਕਰ ਲਈ ਅਤੇ ਇਸ ਤਰ੍ਹਾਂ ਉਹਨੂੰ ਉਹ ਨਾਈ ਸਮਝਦੇ ਸਨ ਅੱਛਾ ਹੁਣ ਅਗਰ ਤੁਸੀਂ ਸਿਕੰਦਰ ਦਾ ਜਿਹੜਾ ਪੀਰੀਅਡ ਹੈ ਉਸ ਤੋਂ ਬਾਅਦ ਤੁਸੀਂ ਅਗਰ ਆਉਂਦੇ ਹੋ ਉਸ ਤੋਂ ਬਾਅਦ ਤੁਸੀਂ ਆਉਂਦੇ ਹੋ ਤਾਂ ਉਹ ਤੁਸੀਂ ਦੇਖਦੇ ਹੋ ਕਿ ਚੰਦਰ ਗੁਪਤ ਮੌਰੀਆ ਫਿਰ ਮੌਰੀਆ ਡਾਇਨੈਸਟੀ ਜਿਹੜੀ ਹੈ ਉਹਦੀ ਯਾਦ ਅੱਛਾ ਹੁਣ ਚੰਦਰਗੁਪਤ ਮੌਰੀਆ ਦੀ ਬੜੀ ਦਿਲਚਸਪ ਕਹਾਣੀ ਹੈ ਚੰਦਰਗੁਪਤ ਮੌਰੀਆ ਵੀ ਵੈਸੇ ਤਾਂ ਉਹਨੂੰ ਬਹੁਤ ਸਾਰੇ ਜਿਹੜੇ ਹੈ ਨੇ ਜਿਹੜੇ ਸਕ੍ਰਿਪਟਸ ਨੇ ਜਿਹੜੇ ਮੁਕੱਦਸ ਜਿਹੜੀਆਂ ਕਿਤਾਬਾਂ ਨੇ ਜੈਨ ਮਤ ਦੀਆਂ ਅਤੇ ਆਪਣਾ ਇਹਦੀਆਂ ਹਿੰਦੂ ਸੋਰੀ ਬੁੱਧ ਮਤ ਦੀਆਂ ਇਹ ਜੈਨ ਸਨ ਸਾਰੇ ਬੇਸਿਕਲੀ ਜਿਹੜੇ ਇਹ ਇਸ ਇਲਾਕੇ ਦੇ ਲੋਕ ਸਨ ਉਸ ਵੇਲੇ ਉਹ ਬਾਅਦ ਤਾਂ ਉਹਨੂੰ ਕਹਿੰਦੇ ਨੇ ਖੱਤਰੀ ਕਿ ਉਹ ਖਸ਼ਤਰੀ ਸੀਗਾ ਲੇਕਿਨ ਬਾਅਦ ਉਹ ਕਹਿੰਦੇ ਨੇ ਕਿ ਉਹ ਖਸ਼ਤਰੀ ਨਹੀਂ ਸੀ ਉਹਦੀ ਮਾਂ ਜਿਹੜੀ ਸੀ ਉਹਦਾ ਜਿਹੜੀ ਮਾਂ ਜਿਹੜੀ ਸੀ ਉਹਦਾ ਨਾਂ ਸੀ ਮੋਰਾ ਅੱਛਾ ਔਰ ਉਹ ਸ਼ੂਦਰ ਸੀ ਅੱਛਾ 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 ਇਸ ਲਈ ਉਹਨੂੰ ਮੌਰੀਆ ਕਿਹਾ ਗਿਆ ਇਹ ਲੰਮੀ ਕਹਾਣੀ ਹੈ ਕਿ ਉਹ ਉਹ ਕਈ ਕਹਾਣੀਆਂ ਨੇ ਕਿ ਚੰਦਰਗੁਪਤ ਮੌਰੀਆ ਜਿਹੜਾ ਸੀ ਉਹ ਮੋਰਾ 'ਚੋਂ ਪੈਦਾ ਹੋਇਆ ਫਿਰ ਇਹ ਵੀ ਕਹਾਣੀ ਹੈ ਕਿ ਜੀ ਉਹ ਜਿਹੜਾ ਬਾਦਸ਼ਾਹ ਸੀ ਉਹਨੇ ਉਹਦੇ ਸਾਰੇ ਭਰਾ ਕਤਲ ਕਰਤੇ ਅਤੇ ਉਹਨੂੰ ਉੱਥੋਂ ਉਹ ਚਲਾ ਗਿਆ ਉਹਨੂੰ ਛੁਪਾ ਦਿੱਤਾ ਗਿਆ ਉਹਨੇ ਕਿਸੇ ਗਵਾਲੇ ਕੋਲ ਚਲਾ ਗਿਆ ਗਵਾਲੇ ਨੇ ਅੱਗੇ ਉਹਨੂੰ ਕਿਸੇ ਹੰਟਰ ਨੂੰ ਸ਼ਿਕਾਰੀ ਨੂੰ ਵੇਚ ਦਿੱਤਾ ਅਤੇ ਉੱਥੋਂ ਉਹਨੂੰ ਜਿਹੜਾ ਆਪਣਾ ਸੀਗਾ ਚਾਂਕੀਆ ਜਾਂ ਜਿਹਦਾ ਨਾਂ ਕੁਟਾਲੀਆ ਵੀ ਹੈ ਚਾਣਕਿਆ ਜਿਹੜਾ ਮਸ਼ਹੂਰ ਰਾਈਟਰ ਹੈ ਜਿਹਨੇ ਅਰਥ ਸ਼ਾਸਤਰ ਲਿਖਿਆ ਠੀਕ ਉਹ ਉਹਨੇ ਉਹਦੀ ਜਿਹੜੀ ਉਹ ਨੰਦਿਆ ਜਿਹੜੀ ਜਿਹੜੀ ਸੀਗੀ ਜਿਹੜੀ ਸ਼ਾਹੀ ਸੀ ਉਹਨੂੰ ਉਹ ਥੱਲੇ ਲਾਉਣਾ ਚਾਹੁੰਦਾ ਸੀ ਅੱਛਾ ਔਰ ਉਹਨੇ ਮਤਲਬ ਕਹਾਣੀ ਇਹ ਹੈ ਕਿ ਉਹਨੇ ਉਹਨੂੰ ਚੰਦਰਗੁਪਤ ਨੂੰ ਖੇਡਦਿਆਂ ਵੇਖਿਆ ਕਿ ਉਹ ਬਾਦਸ਼ਾਹ ਬਣਿਆ ਅਤੇ ਉਹ ਹੁਕਮ ਚਲਾ ਰਿਹਾ ਅਤੇ ਉਹਨੇ ਕਿਹਾ ਇਹ ਬਾਦਸ਼ਾਹ ਬਣ ਸਕਦਾ ਔਰ ਉਹਨੂੰ ਲੈ ਕੇ ਉਹ ਟੈਕਸਲਾ ਆ ਗਿਆ ਔਰ ਟੈਕਸਲਾ 'ਚ ਉਹਦੀ ਤਾਲੀਮ ਹੋਈ ਇਹਦਾ ਮਤਲਬ ਪੰਜਾਬ ਦੇ ਵਿੱਚ ਉਹਦੀ ਤਾਲੀਮ ਹੋਈ ਜਦੋਂ ਉਹ ਉਹਨੂੰ ਪੜ੍ਹਾ ਲਿਖਾ ਕੇ ਅਤੇ ਫਿਰ ਪੰਜਾਬ ਦੇ ਅੰਦਰ ਹੀ ਟੈਕਸਲਾ ਦੇ ਇਰਦ ਗਿਰਦ ਰਾਜਿਆਂ ਨੂੰ ਇਕੱਠਿਆਂ ਕਰਕੇ ਉਹਨਾਂ ਨੇ ਅਤੇ ਜਿਹੜੇ ਯੂਨਾਨੀ ਸਨ ਉਹਨਾਂ ਨੂੰ ਸ਼ਿਕਸਤ ਦਿੱਤੀ ਔਰ ਫਿਰ ਬਾਅਦ ਦੇ 'ਚ ਉਹਨਾਂ ਨੇ ਹਮਲਾ ਕਰਕੇ ਅਤੇ ਉਹਨਾਂ ਨੇ ਆਪਣਾ ਜਿਹੜੀ ਮਗਧ ਸੀ ਜਾਂ ਜਿਹੜੀ ਨੰਦਾਸ਼ਾਹੀ ਸੀ ਉਹਦੇ ਉੱਤੇ ਕਬਜ਼ਾ ਕਰਕੇ ਪਹਿਲੀ ਵਾਰੀ ਜਿਹੜਾ ਚੰਦਰਗੁਪਤ ਮੌਰੀਆ ਸੀ ਉਹਨੇ ਪੂਰੇ ਤਕਰੀਬਨ ਹਿੰਦੁਸਤਾਨ ਦੇ ਉੱਤੇ ਪਹਿਲੀ ਵੱਡੀ ਬਾਦਸ਼ਾਹੀ ਉਹਨੇ ਕਾਇਮ ਕੀਤੀ ਲੇਕਿਨ ਇਹ ਹੈ ਕਿ ਇਹ ਲੱਗਦਾ ਹੈ ਕਿ ਉਸ ਵੇਲੇ ਤੱਕ ਜਿਹੜੀ ਇੱਕ ਤਾਂ ਲੱਗਦਾ ਹੈ ਕਿ ਜੀ ਉਸ ਵੇਲੇ ਤੱਕ ਜ਼ਾਤ ਪਾਤ ਇੰਨੀ ਸਖਤ ਨਹੀਂ ਸੀ ਹੋਈ ਇੱਕ ਗੱਲ ਦੂਜੀ ਗੱਲ ਇਹ ਲੱਗਦੀ ਹੈ ਜਿਹੜੀ ਪਤਾ ਲੱਗਦੀ ਹੈ ਕਿ ਜੀਨ ਮਤ ਔਰ ਬੁੱਧ ਮਤ ਜਿਹੜੇ ਨੇ ਇਹ ਇਸ ਇਲਾਕੇ ਦੇ ਵਿੱਚ ਵੱਡੇ ਦੋ ਨੇ ਹਾਂਜੀ ਕਿਉਂਕਿ ਫਿਰ ਮੌਰੀਆ ਜਿਹੜਾ ਕਨਵਰਟ ਹੋਇਆ ਨਾ ਫਿਰ ਹਾਂ ਕਿਉਂਕਿ ਵੈਸੇ ਅਗਰ ਤੁਸੀਂ ਗੌਰ ਕਰੋ ਤਾਂ ਜਿਹੜੀ ਹੜੱਪਾ ਦੀ ਤਹਿਜ਼ੀਬ ਵਾਲਿਆਂ ਦੀ ਜਿਹੜੀ ਫਲਸਫਾ ਸੀ ਮਟੀਰੀਅਲਿਜ਼ਮ ਦਾ ਤੰਤਰਵਾਦ ਜਾਂ ਸੰਖਿਆ
ਉਹ ਬੁੱਧ ਮਤ ਦੇ ਕਰੀਬ ਸੀਗਾ। ਓਕੇ, ਠੀਕ ਹੈ ਨਾ, ਮਤਲਬ ਬੁੱਧ ਮਤ ਉਦੋਂ ਡਿਵੈਲਪ ਹੋ ਰਿਹਾ। ਨਹੀਂ, ਬੁੱਧ ਮਤ ਤੇ ਜੈਨ ਮਤ ਤੇ ਆ ਗਿਆ ਨਾ, ਕਿਉਂਕਿ ਚੰਦਰਗੁਪਤ ਮੌਰੀਆ ਦੇ ਬਾਰੇ 'ਚ ਵੀ ਇਹ ਕਿਹਾ ਜਾਂਦਾ ਹੈ ਕਿ ਚੰਦਰਗੁਪਤ ਮੌਰੀਆ ਜਿਹੜਾ ਹੈ ਇਹ ਆਖਰੀ ਉਮਰ ਦੇ ਵਿੱਚ ਇਹ ਛੱਡ ਗਿਆ ਸੀ ਬਾਦਸ਼ਾਹੀ, ਅਤੇ ਇਹ ਉਹਨਾਂ ਦਾ ਭਗਤ ਬਣ ਗਿਆ ਸੀ ਔਰ ਇਹਨੇ ਫਿਰ ਬਾਕੀ ਉਮਰ ਭਗਤੀ ਦੇ ਵਿੱਚ ਗੁਜ਼ਾਰੀ। ਲੇਕਿਨ ਇਹ ਮਤਲਬ ਇਹ ਵੀ ਆਉਂਦਾ ਹੈ ਕਿਤਾਬਾਂ ਦੇ ਵਿੱਚ, ਅਤੇ ਇੱਕ ਤਾਂ ਇਹ ਗੱਲ ਹੈਗੀ ਹੈ। ਲੇਕਿਨ ਇਹ ਹੈ ਕਿ ਜਿਹੜੀ ਫਲਕਸ ਜਿਹੜਾ ਸੀ ਜਾਰੀ ਰਿਹਾ। ਅੱਛਾ, ਜਿਹੜਾ ਇੱਕ ਬੜੀ ਦਿਲਚਸਪ ਗੱਲ ਹੈ ਉਹ ਇਹ ਹੈਗੀ ਹੈ ਕਿ ਇਹ ਜਿਹੜਾ ਮੌਰੀਆ ਸੀ ਇਹਦਾ ਇਹੋ ਹੀ ਨਹੀਂ ਹੈ ਜਿਹੜੀ ਮੈਂ ਪਹਿਲੋਂ ਦੱਸਿਆ। ਜਿਹੜੇ ਹੜੱਪਾ ਦੀ ਤਹਿਜ਼ੀਬ ਦੇ ਲੋਕ ਸਨ, ਚਾਂਕੀਆ ਦੀ ਜਿਹੜੀ ਅਰਥ ਸ਼ਾਸਤਰ ਹੈ ਉਹਨੂੰ, ਉਹ ਬਹੁਤ ਦਿਲਚਸਪ ਕਿਤਾਬ ਹੈ, ਮੈਂ ਪੂਰੀ ਪੜ੍ਹੀ ਆ ਉਹ ਬੜੀ ਬਹੁਤ ਦਿਲਚਸਪ ਕਿਤਾਬ ਹੈ। ਮਸਲ ਉਹਦੇ ਵਿੱਚ ਉਹ ਦੱਸਦਾ ਹੈ ਕਿ ਦੁਸ਼ਮਣਾਂ ਨੂੰ ਕਿਵੇਂ ਮੁਕਾਉਣਾ ਹੈ, ਔਰ ਫਿਰ ਇਹ ਦੱਸਦਾ ਕਿ ਜਸੂਸ ਕਿਵੇਂ ਤਿਆਰ ਕਰਨੇ ਨੇ ਔਰ ਦੁਸ਼ਮਣਾਂ ਦੇ ਅੰਦਰ ਫੁੱਟ ਕਿਵੇਂ ਪਾਉਣੀ ਹੈ। ਠੀਕ, ਔਰ ਉਹਨੇ ਬਲਕਿ ਅਰਥ ਸ਼ਾਸਤਰ ਦੇ ਵਿੱਚ ਮੁਖਤਲਿਫ ਜਸੂਸਾਂ ਦੀ ਤਨਖਾਹ ਵੀ ਦੱਸੀ ਹੈ ਕਿ ਕਿਹੜਾ ਕਿਸ ਤਰ੍ਹਾਂ ਦਾ ਜਸੂਸ ਹੈ ਅਤੇ ਉਹਨੂੰ ਕਿੰਨੇ ਪੈਸੇ ਮਿਲਣਗੇ, ਕਿਹੜਾ ਸੋਫਿਸਟੀਕੇਟਡ ਜਸੂਸ ਹੈ ਉਹਨੂੰ ਕਰਨ। ਇਹ ਉਹਨਾਂ ਨੇ ਕੀਤਾ ਕਿ ਜਿਹੜੀ ਹੜੱਪਾ ਦੀ ਤਹਿਜ਼ੀਬ ਦੇ ਜਿਹੜੇ ਲੋਕ ਸਨ, ਜਿਹੜੇ ਉਸ ਵੇਲੇ ਕਬੀਲਿਆਂ ਦੇ ਵਿੱਚ ਇਕੱਠੇ ਹੋ ਕੇ ਲੜਦੇ ਸਨ, ਉਹਨਾਂ ਨੂੰ ਕਿਵੇਂ ਤੋੜਿਆ ਜਾਵੇ, ਉਹਨਾਂ ਨੂੰ ਤੋੜਨ ਲਈ ਇਹ ਸਾਰਾ ਕੁਛ ਅਰਥ ਸ਼ਾਸਤਰ ਦੇ ਵਿੱਚ ਲਿਖਿਆ ਗਿਆ ਔਰ ਉਹਨਾਂ ਨੂੰ ਕਿਵੇਂ ਤਬਾਹ ਕੀਤਾ ਜਾਵੇ। ਔਰ ਉਹਦੇ ਨਤੀਜੇ ਦੇ ਤੌਰ 'ਤੇ ਜਿਹੜਾ ਦੂਸਰਾ ਉਹਨੇ ਜਿਹੜਾ ਤਰੀਕਾ ਕੱਢਿਆ ਆਪਣਾ ਕੁਟਲੀਆ ਨੇ ਜਾਂ ਚਾਂਕੀਆ ਨੇ, ਉਹਨੇ ਕਿਹਾ ਜੀ ਇਹ ਜਿਹੜੇ ਜਦੋਂ ਇਹਨਾਂ ਨੂੰ ਤੋੜਦੇ ਫਿਰ ਇਕੱਠੇ ਹੋ ਜਾਂਦੇ ਨੇ, ਇਹ ਜਿਹੜੇ ਕਬੀਲੇ ਨੇ ਟੁੱਟਦੇ ਨੇ ਫਿਰ ਇਕੱਠੇ ਹੋ ਜਾਂਦੇ ਨੇ, ਫਿਰ ਸਾਡੇ ਖਿਲਾਫ ਲੜਨਾ ਸ਼ੁਰੂ ਕਰ ਦਿੰਦੇ ਨੇ। ਉਹਨੇ ਕਿਹਾ ਜੀ ਇਹਨਾਂ ਨੂੰ ਵਸਾਇਆ ਜਾਵੇ ਛੋਟੀਆਂ ਛੋਟੀਆਂ ਆਬਾਦੀਆਂ 'ਚ ਔਰ ਉਹਨਾਂ ਆਬਾਦੀਆਂ ਨੂੰ ਖੁਦ ਉਹਨਾਂ ਨੂੰ ਖੁਦ ਕਫੀਲ ਕੀਤਾ ਜਾਵੇ ਤਾਂ ਕਿ ਇੱਕ ਦੂਜੇ ਨੂੰ ਨਾ ਮਿਲਣ, ਕਿਉਂਕਿ ਇਹ ਨਾਵੇਂ ਜਾਂਦਾ ਨਾ ਮੌਰੀਆ ਦੇ ਕਿ ਉਸਨੇ ਉਹ ਪਿੰਡ ਵਸਾਏ ਜਿਹੜੇ ਖੁਦ ਕਫੀਲ ਸਨ। ਬਿਲਕੁਲ, ਔਰ ਉਹਦੀ ਔਰ ਫਿਰ ਡਿਵਾਈਡ ਵੀ ਹੋ ਗਏ। ਹਾਂਜੀ, ਔਰ ਲੋਹਾਰ ਲੋਹਾਰ ਹੀ ਰਿਹਾ ਔਰ ਫਿਰ ਹਾਂ, ਔਰ ਉਹਦੀ ਵਜ੍ਹਾ ਇਹ ਸੀਗੀ ਕਿ ਜਿਹੜੀ ਉਹ ਜਿਹੜੇ ਰਾਬਤਾ ਨਹੀਂ ਰਿਹਾ, ਜਿਹੜੇ ਹੜੱਪਾ ਵਾਲੇ ਲੋਕ ਸਨ ਪੁਰਾਣੇ, ਉਹਨਾਂ ਨੂੰ ਪਾੜਨ ਲਈ ਔਰ ਉਹਨਾਂ ਨੂੰ ਵੱਖਰਿਆਂ ਵੱਖਰਿਆਂ ਕਰਨ ਲਈ ਉਹਨਾਂ ਨੇ ਪਿੰਡ ਹੀ ਇਸ ਤਰ੍ਹਾਂ ਦੇ ਬਣਾ ਦਿੱਤੇ ਕਿ ਜਿਹੜੀ ਆਪਣਾ ਹੈਗੀ ਹੈ ਇੱਕ ਪਿੰਡ ਦੂਜੇ ਨਾਲ ਗੱਲ ਕਰਨ ਦੀ ਉਹਨੂੰ ਲੋੜ ਹੀ ਨਾ ਪਵੇ। ਉਹ ਪਿੰਡ ਜਿਹੜਾ ਮੌਰੀਆ ਉਹਨਾਂ ਨੇ ਬਣਾਇਆ ਸੀ, ਉਹ ਪਿੰਡ ਜਿਹੜਾ ਹੈ ਉਹ 1970 ਤੱਕ ਰਿਹਾ। ਬਿਲਕੁਲ ਸਹੀ ਹੈ, ਠੀਕ ਹੈ ਨਾ ਜੀ। ਅਤੇ ਮਤਲਬ ਇਹ ਹੈ ਕਿ ਉਹਦੇ ਵਿੱਚ ਤਰੱਕੀ ਦੀ ਰਫ਼ਤਾਰ ਵੀ ਖਤਮ ਹੋ ਗਈ ਨਾ, ਕਿ ਜਿਹੜੀ ਉਹ ਇਕੱਠੇ ਮਿਲ ਕੇ ਜਿਹੜੀ ਪ੍ਰੋਡਕਸ਼ਨ ਦੀ ਕਰ ਰਹੇ ਸਨ ਔਰ ਪ੍ਰੋਡਕਸ਼ਨ ਦੇ ਮੋਡਸ ਦੇ ਵਿੱਚ ਜਿਹੜੀ ਐਡਵਾਂਸਮੈਂਟ ਕਰ ਰਹੇ ਸਨ, ਉਹ ਫਿਰ ਜਦੋਂ ਟੁੱਟ ਗਈ ਫਿਰ ਇੱਕ ਜਗ੍ਹਾ 'ਤੇ ਜੋ ਕੁਝ ਵੀ ਹੋ ਰਿਹਾ ਉੱਥੇ ਹੀ ਕੰਟੇਨਡ ਹੈ, ਉਹਦਾ ਦੂਸਰੇ ਦੇ ਨਾਲ ਕਮਿਊਨੀਕੇਸ਼ਨ ਕੋਈ ਨਹੀਂ। ਹਾਂ, ਮਤਲਬ ਇਹ ਹੈ ਕਿ ਉਹਦੇ ਨਾਲ ਫਿਰ ਇਹ ਹੈ ਕਿ ਅਰਬਨਾਈਜੇਸ਼ਨ ਮੁੱਕ ਗਈ, ਉਹਦੇ ਨਾਲ ਫਿਰ ਜਿਹੜੀ ਇੱਕ ਦੂਜੇ ਨਾਲ ਵਿਚਾਰਾਂ ਦੀ ਜਿਹੜੀ ਸਾਂਝ ਸੀ ਉਹ ਮੁੱਕ ਗਈ, ਜਿਵੇਂ ਹੜੱਪਾਈ ਤਹਿਜ਼ੀਬ ਦੇ ਵਿੱਚ ਸੀ ਉਹ ਸਾਰਾ ਕੁਛ ਮੁੱਕ ਗਿਆ ਨਾ, ਫਿਰ ਉਹ ਫਿਰ ਵੱਖਰੇ ਵੱਖਰੇ ਹੋ ਗਏ ਨਾ, ਫਿਰ ਉੱਥੇ ਜਿੱਥੇ ਹੈਗੇ ਸਨ ਉੱਥੇ ਦੇ ਉੱਥੇ ਹੀ ਉਹ ਰਹਿ ਗਏ। ਅੱਛਾ, ਉਸ ਤੋਂ ਬਾਅਦ ਫਿਰ ਜਿਹੜਾ ਆਪਣਾ ਉਹਦਾ ਚੰਦਰਗੁਪਤ ਮੌਰੀਆ ਜਿਹੜਾ ਸੀ, ਉਸ ਜਿਹੜੀ ਮੌਰੀਆ ਸਲਤਨਤ ਦਾ ਜਿਹੜਾ ਆਖਰੀ ਸੀ ਵੱਡਾ ਮਹਾਰਾਜਾ ਜਾਂ ਬਾਦਸ਼ਾਹ, ਉਹ ਅਸ਼ੋਕਾ ਸੀ, ਜਿਹਨੇ ਕਿ 232 ਸੈਂਚਰੀ ਤੋਂ 268 ਸੈਂਚਰੀ ਤੱਕ BC ਤੋਂ ਹਕੂਮਤ ਕੀਤੀ। ਇਹ ਆਖਰੀ, ਇਹਦੇ ਤੋਂ ਬਾਅਦ ਵੀ ਕੁਛ ਦੇਰ ਰਹੀ ਲੇਕਿਨ ਫਿਰ ਖਿੱਲਰ ਪੁੱਲਰ ਗਈ। ਲੇਕਿਨ ਜਿਹੜਾ ਮੌਰੀਆਵਾਂ ਨੇ ਜਿਹੜਾ ਸਿਸਟਮ ਬਣਾ ਦਿੱਤਾ ਸੀ ਪੂਰਾ, ਉਹ ਸਿਸਟਮ ਇੰਨਾ ਪੱਕਾ ਸੀ ਔਰ ਇੰਨਾ ਮੁਕੰਮਲ, ਕਿਉਂਕਿ ਜਿਹੜੀ ਮੌਰੀਆਵਾਂ ਤੋਂ ਪਹਿਲੇ ਜਿਹੜੀ ਸਾਰੀ ਪੈਦਾਵਾਰ ਹੈ ਨਾ ਇਹ ਇਕੱਠੀ ਹੁੰਦੀ ਸੀ, ਤੁਸੀਂ ਸਹੀ ਕਿਹਾ, ਔਰ ਮੋਸਟਲੀ ਜਿਹੜੀ ਹੈ ਜਿਹੜੀਆਂ ਮੁਖਤਲਿਫ ਛਾਵਾਂ ਪੈਦਾ ਹੁੰਦੀਆਂ ਸਨ ਇਹ ਸੈਂਟਰਲਾਈਜ਼ ਸਨ, ਯਾਨੀ ਮਤਲਬ ਰਾਜਿਆਂ ਦੇ ਹੱਥ ਵਿੱਚ ਸਨ, ਰਾਜੇ ਹੀ ਕਰਦੇ ਸਨ ਅਤੇ ਉਹ ਹੀ ਅੱਗੇ ਵੰਡਦੇ ਸਨ। ਫਿਰ ਉਹਨਾਂ ਨੇ ਇਹ ਕੀਤਾ ਕਿ ਇਹ ਤੁਸੀਂ ਹਰ ਪਿੰਡ ਜਿਹੜਾ ਨਾ ਉਹਦੇ ਵਿੱਚ ਇਹ ਕਾਰੀਗਰ ਵਸਾ ਦਿਓ, ਹਰ ਪਿੰਡ ਨੂੰ ਦੇ ਵਿੱਚ ਵਸਾ ਦਿਓ, ਇਹਨੂੰ ਡੀਸੈਂਟਰਲਾਈਜ਼ ਕਰ ਦਿਓ, ਔਰ ਉਹਦਾ ਇਹ ਨਤੀਜਾ ਨਿਕਲਿਆ।
कि पिंड जड़ा है वो एक दूजे नो कटिया गया और वो हो गया उदे विच। तो आज दी फिर ऐसी गल जड़ी बादशाही दी तारीख है तक की रखने हैं इस तो अगे फिर अगले प्रोग्राम ते सी मजीद गल। हाँ जी, मेरा ख्याल है कि इत्थों तक असी बादशाहवां दे बारे च भी दसता है। हाँ। असी पैदावार जिवें हो रही सी वह भी दसता है। असी मजहब के बारे च भी काफ़ी गल कर ली है। होर कोई गल्लां रह गईयां होणगियां कल्चर वर्चर दियां तो नाल नाल हुंदियां रहणगियां। ठीक ठीक, बस बाकी अगले प्रोग्राम तो फिर। हाँ जी ठीक।